वाहिगुरु जी का खालसा, वाहिगुरु जी की फतेह। अस्सलाम वालेकुम, आदाब, बरस। मैं हाँ तुहाडी होस्ट अनिल मुकुट। मैं टीवी 84 दे सारे दर्शकों ते श्रोतियां नूं जी आया कहंदियां प्रोग्राम सचो सच विच, जिहड़े इस प्रोग्राम नाल देशां विदेशां तों जुड़ चुके ने। खालसा नूं फिर सेंटर दे संचालक डॉक्टर अमरजीत सिंह जी रोजाना ही तरह साडे नाल इस टाइम स्काइप राहीं मौजूद ने। आओ उन्हां नाल गलबात करके अज दे प्रोग्राम दी शुरुआत करदे आ। जी डॉक्टर साहब, वाहिगुरु जी का खालसा, वाहिगुरु जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे प्यारे सोहणे टीवी 84 दे दर्शकां नू भी वाहिगुरु जी का खालसा, वाहिगुरु जी की फतेह। जी डॉक्टर साहब जी आयां नू प्रोग्राम सचो सच विच बहुत शुक्रिया। जी डॉक्टर साहब, अज 24 जून 2020 10 हार्ड नानक शाही संबंध 552 का दिन है। तो डॉक्टर साहब प्रोग्राम शुरू करने से पहले असं अपने दर्शकों के स्रोतियां हमेशा तरह दस दिए, व्यूअर्स जे तुसी हक सच इंसाफ ते पैरा देंदा एक एक चैनल टीवी 84 नूं देखना चाहते हो तां तुसी देख सकते हो स्पेक्ट्रम केबल, आरसीएन केबल, बेलका फिर इन कैनेडा, रुकू, जादू बॉक्स, शावा, फेसबुक टीवी 84 दी ऐप राइन, ऑनलाइन स्ट्रीमिंग एंड आईपी बॉक्स ते तुसी टीवी 84 नूं देख सकते हो। व्यूअर्स जे तुसी टीवी 84 नाल जां प्रोग्राम सचो सच नाल फेसबुक राइन जुड़े हो तां इस नूं वध तों वध लाइक करो ते शेयर करो अते नाल ही यूट्यूब ते सबसक्राइब भी करो। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਤੁਸੀਂ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ, ਕਿਉਂਕਿ ਹੁਣ ਥੋੜਾ ਬਹੁਤਾ ਲਾਕਡਾਊਨ ਖੁੱਲ ਵੀ ਚੁੱਕਾ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸੇਫਟੀ ਨਾਲ ਜਿੱਥੇ ਵੀ ਜਾਓਗੇ ਉੱਥੇ ਜਾਓ ਔਰ ਆਪਣੇ ਜੋ ਕੰਮ ਕਾਰ ਨੇ ਉਹ ਪੂਰੇ ਕਰੋ। ਸੋ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੋ ਵਿਚਾਰੇ ਜਾਣ ਵਾਲੇ ਹਮੇਸ਼ਾ ਤਰ੍ਹਾਂ ਜਿਹੜੇ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਆਪਾਂ ਟੱਚ ਬੇਸ ਕਰ ਦਈਏ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵਿਚਲੇ ਮੀਡੀਆ ਵੱਲੋਂ ਜਿੱਥੇ ਚੀਨ ਦੇ ਖਿਲਾਫ ਲਗਾਤਾਰ ਜੋ ਨਾ ਪੱਖੀ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ, ਉੱਥੇ ਚੀਨ ਵੱਲੋਂ ਇੱਕ ਵਾਰ ਫਿਰ ਕਿਹਾ ਗਿਆ ਹੈ ਕਿ ਲੱਦਾਖ ਵਿੱਚ ਜੋ ਵਾਪਰੀ ਹਿੰਸਾ ਲਈ ਭਾਰਤ ਹੀ ਜ਼ਿੰਮੇਵਾਰ ਹੈ। ਚੀਨ ਨੇ ਇਸ ਭਾਰਤੀ ਦਾਅਵੇ ਕਿ ਚੀਨ ਦੇ 40 ਫੌਜੀ ਮਾਰੇ ਗਏ ਨੂੰ ਇੱਕ ਫੇਕ ਨਿਊਜ਼ ਕਿਹਾ ਹੈ। ਭਾਰਤ ਵਿੱਚ ਜਿੱਥੇ ਚੀਨੀ ਚੀਜ਼ਾਂ ਦਾ ਬਾਈਕਾਟ ਦੀ ਜੋ ਮੁਹਿੰਮ ਹੈ ਉਹ ਚਲਾਈ ਜਾ ਰਹੀ ਹੈ, ਉੱਥੇ ਚੀਨ ਵੱਲੋਂ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਗਿਆ ਹੈ। ਭਾਰਤ ਚੀਨ ਟਕਰਾਅ ਦੇ ਤਾਜ਼ਾ ਹਾਲਾਤਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਕੋਰੋਨਾ ਅਪਡੇਟ ਵੀ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਜ਼ੁਬਾਨੀ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬੀਤੇ ਕੱਲ ਯਾਨੀ ਕਿ 23 ਜੂਨ ਨੂੰ ਏਅਰ ਇੰਡੀਆ ਦੇ ਕਨਿਕਸ਼ਾ ਜਹਾਜ਼ ਹਾਦਸੇ ਦੀ 35ਵੀਂ ਸਾਲਾਨਾ ਬਰਸੀ ਸੀ। ਇਸ ਦੁਖਦ ਹਾਦਸੇ ਵਿੱਚ 331 ਬੇਗੁਨਾਹ ਯਾਤਰੀ ਮਾਰੇ ਗਏ ਸਨ। ਇਹ ਸਾਰਾ ਕਾਰਾ ਭਾਰਤੀ ਖੁਫੀਆ ਏਜੰਸੀ ਰਾਦਾ ਸੀ, ਪਰ ਇਸ ਹਾਦਸੇ ਦੀ ਆੜ ਵਿੱਚ ਖਾਲਿਸਤਾਨੀ ਜੋ ਸੰਘਰਸ਼ ਹੈ ਉਸ ਨੂੰ ਬਦਨਾਮ ਕੀਤਾ ਗਿਆ। ਭਾਰਤੀ ਖੁਫੀਆ ਏਜੰਸੀਆਂ ਜਿਵੇਂ ਸਿੱਖਾਂ ਅਤੇ ਕਸ਼ਮੀਰੀਆਂ ਵਿੱਚ ਘੁਸਪੈਠ ਕਰਕੇ ਇਹਨਾਂ ਆਜ਼ਾਦੀ ਤਹਿਰੀਕਾਂ ਨੂੰ ਬਦਨਾਮ ਕਰ ਰਹੀਆਂ ਹਨ, ਇਸ ਬਾਰੇ ਆਪਾਂ ਵਿਚਾਰ ਕਰਾਂਗੇ। ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਗੁਆਂਢੀ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਨਾਲ ਕੀਤੇ ਗਏ ਮਾੜੇ ਵਰਤਾਅ ਕਰਕੇ ਇਹ ਜੋ ਸਾਰੇ ਦੇਸ਼ ਨੇ ਉਹ ਚੀਨ ਦੇ ਕਰੀਬ ਚਲੇ ਗਏ ਹਨ। ਕੀ ਕਾਰਨ ਹੈ ਕਿ ਭਾਰਤ ਦੇ ਇਹ ਸਾਰੇ ਹੀ ਗੁਆਂਢੀ ਦੇਸ਼ ਭਾਰਤ ਦੀ ਥਾਂ ਚੀਨ ਨੂੰ ਤਰਜੀਹ ਦੇ ਰਹੇ ਹਨ, ਇਸ ਬਾਰੇ ਵਿਚਾਰ ਚਰਚਾ ਹੋਵੇਗੀ। ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਭਾਰਤ ਵੱਲੋਂ ਅਫਗਾਨਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਪਾਕਿਸਤਾਨ ਨੇ 3 ਭਾਰਤੀਆਂ ਦੇ ਨਾਂ ਅਨਾਊਂਸ ਕੀਤੇ ਹਨ ਜਿਹੜੇ ਇੰਜੀਨੀਅਰ ਹੋਣ ਦੇ ਭੇਸ ਵਿੱਚ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਦਾ ਮਾਹੌਲ ਸਿਰਜ ਰਹੇ ਹਨ। ਦੂਸਰੇ ਪਾਸੇ ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਇੱਕ ਮੰਦਿਰ, ਹਿੰਦੂ ਮੰਦਿਰ ਅਤੇ ਸ਼ਮਸ਼ਾਨ ਘਾਟ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਔਰ ਇਸ ਦੇ ਲਈ ਫੰਡ ਵੀ ਜਾਰੀ ਕੀਤੇ ਹਨ। ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਇਸ ਟਾਈਮ ਮੇਰੇ ਨਾਲ ਸਕਾਈਪ ਰਾਹੀਂ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਬਾਰੇ, ਕੀ ਕਹਿਣਾ ਚਾਹੋਗੇ?
ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਰੋਜ਼ਾਨਾ ਹੀ ਸਾਨੂੰ ਫੀਡਬੈਕ ਵੀ ਦਿੰਦੇ ਨੇ ਔਰ ਪੋਜ਼ਿਟਿਵ ਉਹਨਾਂ ਦੇ ਕਮੈਂਟਸ ਵੀ ਹੁੰਦੇ ਨੇ। ਕੁਛ ਜਿਹੜੇ ਟ੍ਰੋਲਰ ਨੇ ਉਹ ਵੀ ਆਪਣੇ ਕੰਮ ਤੇ ਲੱਗੇ ਹੋਏ ਨੇ। ਬਿਲਕੁਲ। ਔਰ ਸਾਡੇ ਬੜੇ ਨੇੜਲੇ ਮਿੱਤਰ ਡਾਕਟਰ ਰਣਜੀਤ ਸਿੰਘ ਉਹਨਾਂ ਨੇ ਸਾਨੂੰ ਲਿਖਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਇੱਕ ਮੋਨੋਟਨੀ ਇੱਕ ਬੋਰੀਅਤ ਹੁੰਦੀ ਜਾ ਰਹੀ ਹੈ, ਇਹਦੇ ਫਾਰਮੈਟ ਨੂੰ ਜਾਂ ਇਸ ਕੋਈ ਦਿਲਚਸਪ ਐਲੀਮੈਂਟ ਐਡ ਕਰੋ, ਕੁਛ ਹੋਰ ਵੀ ਉਹਨਾਂ ਨੇ ਸੁਝਾਅ ਦਿੱਤੇ ਨੇ। ਮੈਂ ਸਮਝਦਾ ਵੀ ਅਸੀਂ ਪਿਛਲੇ 7-8 ਸਾਲ ਤੋਂ ਆਪਣੇ ਦਰਸ਼ਕਾਂ ਦੀ ਕਚਹਿਰੀ ਚ ਜਿਵੇਂ ਜਿਵੇਂ ਉਹਨਾਂ ਵੱਲੋਂ ਸੁਝਾਅ ਵੀ ਆਉਂਦੇ ਨੇ ਜਾਂ ਹਾਲਾਤ ਮੌਕੇ ਮੁਤਾਬਕ ਜੋ ਸਾਨੂੰ ਲੱਗਦਾ ਹੈ ਕਿ ਭਾਈ ਅਸੀਂ ਕਹਿ ਸਕਦੇ ਹਾਂ ਕਰ ਸਕਦੇ ਹਾਂ ਉਸ ਦੀ ਅਸੀਂ ਕੋਸ਼ਿਸ਼ ਵੀ ਕਰਦੇ ਹਾਂ। ਔਰ ਅਸੀਂ ਆਪਣੇ ਦਰਸ਼ਕਾਂ ਤੋਂ ਜ਼ਰੂਰ ਇਸ ਬਾਰੇ ਇਨਪੁਟ ਚਾਹਵਾਂਗੇ ਕਿ ਸਾਨੂੰ ਉਹ ਜ਼ਰੂਰ ਲਿਖਣ ਕਿ ਅਸੀਂ ਇਸ ਪ੍ਰੋਗਰਾਮ ਨੂੰ ਕਿਵੇਂ ਹੋਰ ਦਿਲਚਸਪ ਔਰ ਲਾਭਕਾਰੀ ਬਣਾ ਸਕਦੇ ਹਾਂ। ਅਸੀਂ ਕੋਈ ਐਂਟਰਟੇਨਮੈਂਟ ਪ੍ਰੋਗਰਾਮ ਤਾਂ ਨਹੀਂ ਹੈ, ਕੋਈ ਗਾਣੇ ਤਾਂ ਨਹੀਂ ਗਾਣੇ ਹੈ, ਲੇਕਿਨ ਫਿਰ ਵੀ ਸਿਆਸੀ ਤੌਰ ਦੇ ਉੱਤੇ ਵੀ ਬੇਸ਼ੱਕ ਅਸੀਂ ਜਦੋਂ ਇਹਦੀ ਸ਼ੁਰੂਆਤ ਕੀਤੀ ਉਸ ਦੇ ਵਿੱਚ ਹੋਰ ਵੀ ਕੁਛ ਐਲੀਮੈਂਟ ਸਨ, ਪਰ ਜਿਉਂ ਜਿਉਂ ਅਸੀਂ ਫੋਕਸ ਵੱਲ ਵਧੇ ਸਾਡੇ ਦਰਸ਼ਕਾਂ ਦੀ ਇਨਪੁਟ ਦੇ ਉੱਤੇ ਵੀ ਔਰ ਜੋ ਹਾਲਾਤ ਬਦਲੇ, ਇਹ ਇਸ ਵੇਲੇ ਇੱਕ ਪੋਲੀਟੀਕਲੀ ਸਾਊਥ ਏਸ਼ੀਆ ਫੋਕਸਡ ਪ੍ਰੋਗਰਾਮ ਹੈ ਜਿਹਦੇ ਚ ਜ਼ਾਹਰ ਹੈ ਚੀਨ ਪਾਕਿਸਤਾਨ ਔਰ ਗੁਆਂਢੀ ਦੇਸ਼ ਔਰ ਹੁਣ ਜਿਵੇਂ ਨੇਪਾਲ ਔਰ ਬੰਗਲਾਦੇਸ਼ ਇਹ ਵੀ ਇਸ ਅਹਿਮੀਅਤ ਚ ਨੇ। ਸੋ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਸਾਡੇ ਬਹੁਤ ਸਾਰੇ ਹੋਰ ਜਿਹੜੇ ਫੈਲੋ ਪ੍ਰੋਗਰਾਮਰਸ ਨੇ ਵਿਦ ਇਨ ਸਿੱਖ ਕਮਿਊਨਿਟੀ ਉਹਨਾਂ ਦਾ ਮੋਰ ਫੋਕਸ ਪੰਜਾਬ ਬੇਸਡ ਕਿਹਨੇ ਕਿਹਨੂੰ ਕੀ ਕਿਹਾ ਜਾਂ ਜੋ ਬਿਆਨਬਾਜ਼ੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਜਾਂ ਦੂਸਰੀਆਂ ਕਈ ਵਾਰੀ ਧਾਰਮਿਕ ਮੁੱਦਿਆਂ ਦੀਆਂ ਡਿਬੇਟਸ ਨੇ ਉਸ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਨੇ। ਅਸੀਂ ਸਮਝਦੇ ਹਾਂ ਕਿ ਇਹ ਵੀ ਜ਼ਰੂਰੀ ਹੈ, ਪਰ ਮੈਨੂੰ ਇਹ ਲੱਗਾ ਕਿ ਇਹ ਜਿਹੜਾ ਖਾਸ ਤੌਰ ਤੇ ਇੰਟਰਨੈਸ਼ਨਲ ਪੋਲੀਟਿਕਸ ਚ ਸਾਡੀ ਕੀ ਥਾਂ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਜਿਵੇਂ ਜੀਓ ਪੋਲੀਟਿਕਸ ਉਸ ਖਿੱਤੇ ਦੇ ਵਿੱਚ ਬਦਲ ਰਹੀ ਹੈ ਉਹਦੇ ਚ ਅਸੀਂ ਖਾਲਿਸਤਾਨ ਮੁਲਕ ਦੀ ਕਾਇਮੀ ਦੇ ਲਈ ਔਰ ਕਿਹੜੇ ਕਿਹੜੇ ਸਾਡੇ ਸਟਰੋਂਗਰ ਪੁਆਇੰਟਸ ਨੇ, ਕਿੱਥੇ ਸਾਡੀਆਂ ਵੀਕਨੈਸਿਸ ਲਾਈ ਕਰਦੀਆਂ, ਅਸੀਂ ਇਸ ਦੇ ਮੱਦੇਨਜ਼ਰ ਹੀ ਜਿਹੜਾ ਪ੍ਰੋਗਰਾਮਾਂ ਦੀ ਤਰਤੀਬ ਵੀ ਰੱਖਦੇ ਹਾਂ। ਜ਼ਾਹਰ ਹੈ ਕਿ ਜਦੋਂ ਤੋਂ ਪਿਛਲੇ ਲਗਭਗ 2-3 ਹਫ਼ਤੇ ਤੋਂ ਚਾਈਨਾ ਭਾਰਤ ਕਲੈਸ਼ ਔਰ ਖਾਸ ਤੌਰ ਤੇ ਭਾਰਤ ਨੂੰ ਜਿਹੜਾ ਹੈ ਚੀਨ ਨੇ ਉਹਦੀ ਔਕਾਤ ਦਿਖਾਈ ਹੈ, ਅਸੀਂ ਈਵਨ ਜਿਹੜਾ ਸਵਾਲ ਜਵਾਬ ਵਾਲਾ ਸੈਸ਼ਨ ਹੈ ਉਸ ਨੂੰ ਵੀ ਓਮਿਟ ਕੀਤਾ ਤਾਂ ਕਿ ਦੇਖੋ ਇੱਕ ਪਾਸੇ 900 ਉਹਨਾਂ ਦੇ ਜਿਹੜੇ ਨੇ ਉਹ ਟੀਵੀ ਚੈਨਲ ਨੇ, ਥਾਊਜ਼ੈਂਡਸ ਆਫ ਉਹਨਾਂ ਦੇ ਸਾਈਟਸ ਨੇ ਜਿਹੜੇ ਕਿ ਦਿਨ ਰਾਤ ਜਿਹੜਾ ਉਹ ਭਾਰਤ ਦਾ ਵਰਸ਼ਨ ਪ੍ਰੋਪੇਗੈਂਡਾ ਜਿਹਦੇ ਚ ਜ਼ਾਹਰ ਹੈ ਕਿ ਉਹਦੇ ਚ ਸਿੱਖਾਂ ਦੇ ਖਿਲਾਫ਼ ਨਫ਼ਰਤ ਵੀ, ਪਾਕਿਸਤਾਨ ਦੇ ਖਿਲਾਫ਼ ਵੀ, ਔਰ ਜੇ ਸਾਡੀ ਆਵਾਜ਼ ਮਾੜੀ ਮੋਟੀ 7-8 ਸਾਲ ਚ ਸਾਡੇ ਕੌਜ਼ ਲਈ ਗੁਣਕਾਰੀ ਸੀ ਤੇ ਇਸ ਲਈ ਭਾਰਤੀ ਹਕੂਮਤ ਨੇ ਐਨ ਘੱਲੂਘਾਰਾ ਹਫ਼ਤੇ ਦੀ ਸ਼ੁਰੂਆਤ ਦੇ ਵੇਲੇ ਸਾਡਾ ਉੱਥੇ ਜਿਹੜਾ ਯੂਟਿਊਬ ਚੈਨਲ ਔਰ ਫੇਸਬੁੱਕ ਚੈਨਲ ਬਲੌਕ ਕੀਤਾ। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਸਾਡੇ ਆਪਣਿਆਂ ਨੂੰ ਸ਼ਾਇਦ ਅਹਿਸਾਸ ਨਾ ਹੋਏ, ਉਹਨਾਂ ਨੂੰ ਲੱਗਦਾ ਹੋਏ ਕਿ ਭਾਈ ਇੱਕ ਜਿਵੇਂ ਬਾਕੀ ਨੇ ਇਹੋ ਜਿਹਾ ਪ੍ਰੋਗਰਾਮ ਇੱਕ ਇਹ ਵੀ ਹੈ, ਇਹ ਬੰਦ ਵੀ ਹੋ ਗਿਆ ਤਾਂ ਕੋਈ ਗੱਲ ਨਹੀਂ ਹੈ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਇੱਕ ਵੱਡੇ ਪਰਸਪੈਕਟਿਵ ਦੇ ਵਿੱਚ, ਮੈਂ ਪਿਛਲੇ 35 ਸਾਲ ਤੋਂ ਜ਼ਿਆਦਾ ਟਾਈਮ ਤੋਂ ਮੂਵਮੈਂਟ ਦੇ ਨਾਲ ਜੁੜਿਆ ਹੋਇਆ, ਉਤਰਾਅ ਚੜਾਅ ਦੇਖੇ ਨੇ ਬਹੁਤ ਵਾਰ। ਜਦੋਂ ਅਸੀਂ 1990 ਦੇ ਵਿੱਚ ਸਪੋਕਸਪਰਸਨ ਪੰਥਕ ਕਮੇਟੀ ਦੇ ਤੌਰ ਤੇ, ਇਹ ਉਹ ਜ਼ਮਾਨਾ ਸੀ ਜਦੋਂ ਕਿ ਖਾਲਿਸਤਾਨ ਦਾ ਸੰਘਰਸ਼ 4 ਜੁਝਾਰੂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਸਿੱਖ ਸਟੂਡੈਂਟ ਫੈਡਰੇਸ਼ਨ, ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਔਰ ਬੱਬਰ ਖਾਲਸਾ ਇੰਟਰਨੈਸ਼ਨਲ, 4 ਜੁਝਾਰੂ ਜਥੇਬੰਦੀਆਂ ਸੀ, ਇੱਕ ਉਹਦਾ ਸਟੂਡੈਂਟ ਵਿੰਗ ਸੀ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਲੀਡ ਕਰਦੀਆਂ ਸੀ ਔਰ ਉਹਨਾਂ ਦਾ ਹਰ ਲਫ਼ਜ਼ ਪੰਜਾਬ ਦੇ ਵਿੱਚ ਕਾਨੂੰਨ ਸੀ, ਉਹਨਾਂ ਦੀ ਪੂਰੀ ਜਿਹੜੀ ਹੈ ਉਹ ਉਹਨਾਂ ਦਾ ਦੀ ਰਿੱਟ ਚੱਲਦੀ ਸੀ। ਔਰ ਉਸ ਪੀਰੀਅਡ ਚ ਉਹਨਾਂ ਨੇ ਮਹਿਸੂਸ ਕੀਤਾ ਕਿ ਸਾਡੀ ਪੋਲੀਟੀਕਲ ਆਵਾਜ਼ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਅਸੀਂ ਹਥਿਆਰਬੰਦ ਸੰਘਰਸ਼ ਦੇ ਨਾਲ ਜਿਸ ਗੱਲ ਦੇ ਨੂੰ ਅਸੀਂ ਇੱਥੇ ਲਾਗੂ ਕਰ ਰਹੇ ਹਾਂ ਆਪਣੇ ਹੱਕਾਂ ਲਈ, ਉਹਨੂੰ ਭਾਰਤੀ ਹਕੂਮਤ ਦਹਿਸ਼ਤਗਰਦੀ ਦੇ ਖਾਤੇ ਚ ਪਾ ਰਹੀ ਹੈ ਔਰ ਇਹਨੂੰ ਅਸੀਂ ਬਾਹਰ ਇੰਨੀ ਕਿ ਇੱਕ ਆਵਾਜ਼ ਦੇ ਸਕੀਏ। ਔਰ ਇਸ ਚੋਂ ਹੀ ਕੋਈ ਅਸੀਂ ਆਊਟ ਆਫ ਦਾ ਬਲੂ ਇਹ ਗੱਲ ਕੰਮ ਨਹੀਂ ਸੀ ਸ਼ੁਰੂ ਕੀਤਾ,
ਪੰਥਰ ਕਮੇਟੀ ਜਿਹੜੀ ਕਿ ਅੰਬਰੇਲਾ ਆਰਗੇਨਾਈਜੇਸ਼ਨ ਸੀ ਇਹਨਾਂ ਚਾਰ ਜੁਝਾਰੂ ਜਥੇਬੰਦੀਆਂ ਦੀ ਵੀ ਔਰ ਪੋਲੀਟੀਕਲ ਵਿੰਗ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਨਵੰਬਰ 1991 ਦੇ ਵਿੱਚ ਹੋਂਦ ਦੇ ਵਿੱਚ ਆਇਆ ਔਰ ਮੈਨੂੰ ਇਹ ਸੇਵਾ ਦਿੱਤੀ ਗਈ ਕਿ ਮੈਂ ਐਜ਼ ਏ ਸਪੋਕਸ ਪਰਸਨ ਜਿਹੜਾ ਉਸ ਨੂੰ ਆਰਟੀਕੁਲੇਟ ਕਰਾਂ ਜਿੰਨੀ ਕੁ ਮੇਰੀ ਯੋਗਤਾ ਰਹੀ ਹੈ ਔਰ ਜਾਂ ਜਿੰਨੀ ਕੁ ਕੈਪੈਸਿਟੀ ਰਹੀ ਹੈ ਇਹ ਠੀਕ ਹੈ ਗਲਤੀਆਂ ਜ਼ਰੂਰ ਹੋਈਆਂ ਹੋਣਗੀਆਂ ਪਰ ਇਹਨਾਂ 30-31 ਵਰ੍ਹਿਆਂ ਦੇ ਵਿੱਚ ਅਸੀਂ ਵਿਦ ਆਲ ਦਾ ਸਿੰਸੈਰਿਟੀ ਇਹ ਕੋਸ਼ਿਸ਼ ਕੀਤੀ ਕਿ ਇੱਥੋਂ ਦੀਆਂ ਜਿਹੜੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਉਹਨਾਂ ਤੋਂ ਕਿਵੇਂ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਹੈ ਭਾਰਤੀ ਏਜੰਸੀਆਂ ਦੇ ਏਜੰਟ ਜਿਹੜੇ ਕਿ ਪਹਿਲੇ ਦਿਨ ਤੋਂ ਹੀ ਕੁਛ ਨਾ ਕੁਛ ਨਾ ਪੱਖੀ ਪ੍ਰੋਪੇਗੈਂਡੇ ਨਾਲ ਉਹ ਭਾਵੇਂ ਨਿੱਜੀ ਚਿੱਕੜ ਸੁੱਟਣਾ ਸੀ ਜਾਂ ਈਵਨ ਬਹੁਤ ਸਾਰੀਆਂ ਚੀਜ਼ਾਂ ਤੇ ਸਵਾਲੀਆ ਨਿਸ਼ਾਨ ਖੜਾ ਕਰਨਾ ਸੀ ਫਿਰ ਜਦੋਂ ਪਿੱਛੇ ਇਸ ਕਿਸਮ ਦੀ ਡਿਵੀਜ਼ਨ ਜੁਝਾਰੂ ਜਥੇਬੰਦੀਆਂ ਚ ਹੋਈ ਤੇ ਉਹਦਾ ਵੀ ਸਾਡੇ ਤੇ ਜਿਹੜਾ ਸੀ ਇੱਕ ਪਾਸੋਂ ਭਾਰ ਪੈਣਾ ਸ਼ੁਰੂ ਹੋਇਆ ਲੇਕਿਨ ਸਾਡੀ ਇਹ ਕੋਸ਼ਿਸ਼ ਰਹੀ ਹੈ 30-31 ਸਾਲ ਦੇ ਇਸ ਪੀਰੀਅਡ ਦੇ ਵਿੱਚ ਕਿ ਸਾਡੀ ਕਲਮ ਜਾਂ ਸਾਡੀ ਆਵਾਜ਼ ਕਦੇ ਵੀ ਕਿਸੇ ਪੰਥ ਦਰਦੀ ਦੇ ਲਈ ਜਿਹੜਾ ਕੌਮ ਪ੍ਰਸਤੀ ਚ ਯਕੀਨ ਰੱਖਦਾ ਹੈ ਜਿਹੜਾ ਖਾਲਿਸਤਾਨ ਦੇ ਲਈ ਸੰਘਰਸ਼ ਕਰਦਾ ਹੈ ਉਸ ਬਾਰੇ ਅਸੀਂ ਨਾ ਸਾਡੀ ਕਲਮ ਨੇ ਕਦੇ ਕੋਈ ਕਾਲਾ ਲਫ਼ਜ਼ ਲਿਖਿਆ ਨਾ ਸਾਡੀ ਜ਼ਬਾਨ ਚੋਂ ਕਿਸੇ ਬਾਰੇ ਕੋਈ ਨੈਗੇਟਿਵਿਟੀ ਆਈ ਹਾਲਾਂ ਅਸੀਂ ਇਸ ਦੌਰ ਦੇ ਵਿੱਚ ਜਿਸ ਨੂੰ ਕਦੇ ਰੰਗ ਕਰਤਾਰ ਦੇ ਬਾਬਾ ਨਾਨਕ ਕਹਿੰਦੇ ਸਨ ਬਹੁਤ ਸਾਰੇ ਰੰਗ ਕਰਤਾਰ ਦੇ ਦੇਖੇ ਨੇ ਬਹੁਤ ਸਾਰਿਆਂ ਦਾ ਬਿਹੇਵੀਅਰ ਦੇਖਿਆ ਹੈ ਔਰ ਇਹ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਰੱਬ ਹੀ ਕਿਸੇ ਨੂੰ ਛੋਟਾ ਜਾਂ ਵੱਡਾ ਬਣਾਉਂਦਾ ਪਰ ਬਹੁਤ ਵਾਰ ਜਿਹਨਾਂ ਨੇ ਵੀ ਇਹ ਸ਼ੇਅਰ ਦੀ ਲਾਈਨ ਘੜੀ ਹੋਏਗੀ ਕਿ ਖੁਦਾ ਬਣੇ ਬੈਠੇ ਹੈ ਬੁੱਤ ਹਮਾਰੇ ਤਰਾਸ਼ੇ ਹੋਏ ਸੋ ਜ਼ਾਹਰ ਹੈ ਕਿ ਜਿਹੜਾ ਕੋਈ ਬੁੱਤ ਤਰਾਸ਼ ਹੁੰਦਾ ਹੈ ਸੰਗ ਤਰਾਸ਼ ਉਹ ਵਿਚਾਰਾ ਗੁਰਬਤ ਚ ਹੀ ਜੀ ਰਿਹਾ ਹੁੰਦਾ ਹੈ ਔਰ ਉਹਦਾ ਬਣਾਇਆ ਬੁੱਤ ਜਿਹੜਾ ਉਹਦੇ ਅੱਗੇ ਲੋਕ ਨੱਕ ਰਗੜ ਰਹੇ ਹੁੰਦੇ ਨੇ ਸੋ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਮਹਿਸੂਸ ਕੀਤਾ ਹੈ ਕਿ ਇੰਟਰਨੈਸ਼ਨਲੀ ਜਦੋਂ ਤੱਕ ਤੁਹਾਡਾ ਕੋਈ ਬਾਂਹ ਫੜਨ ਵਾਲਾ ਨਹੀਂ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਦੋਂ ਤੱਕ ਉੱਥੇ ਤੁਸੀਂ ਜਿੰਨੀ ਮਰਜ਼ੀ ਬਹਾਦਰੀ ਸਾਡੇ ਸਿੰਘਾਂ ਨੇ ਦਿਖਾਈ ਹੈ ਜੇ ਔਰ ਇਸ ਦੇ ਬਾਵਜੂਦ ਕਿ ਭਾਰਤੀ ਹਕੂਮਤ ਦੇ ਕੋਲ ਬਹੁਤ ਸਾਰਾ ਨੈਗੇਟਿਵ ਪ੍ਰੋਪੇਗੈਂਡਾ ਕਰਨ ਦੇ ਵਸੀਲੇ ਉਹਨਾਂ ਦੀਆਂ ਐਮਬੈਸੀਆਂ ਤੇ ਕੌਂਸਲੇਟ ਸਨ ਔਰ ਅਸੀਂ ਇੱਥੇ ਬੜੇ ਸੀਮਿਤ ਦਾਇਰੇ ਦੇ ਨਾਲ ਮੈਂ 1993 ਦੀ ਬਿਗਨਿੰਗ ਚ ਚੜ੍ਹਦੀ ਕਲਾ ਇੰਟਰਨੈਸ਼ਨਲ ਦੇ ਐਡੀਟੋਰੀਅਲ ਬੋਰਡ ਦੇ ਐਜ਼ ਏ ਐਡੀਟਰ ਇਨ ਚੀਫ ਐਡੀਟੋਰੀਅਲ ਲਿਖਣੇ ਸ਼ੁਰੂ ਕੀਤੇ ਇੱਕ ਰੈਗੂਲਰ ਕਾਲਮ ਖਾਲਿਸਤਾਨ ਕਾਲਿੰਗ ਦੇ ਥੱਲੇ ਕਿਉਂਕਿ ਪ੍ਰਿੰਟ ਮੀਡੀਆ ਰਾਹੀਂ ਇਹ ਪਹਿਲਾ ਯਤਨ ਸੀ ਬੇਸ਼ੱਕ ਚੜ੍ਹਦੀ ਕਲਾ ਅਖਬਾਰ ਇਕਦਮ 84 ਤੋਂ ਬਾਅਦ ਸ਼ੁਰੂ ਹੋ ਗਈ ਸੀ ਔਰ ਇਹ ਲਗਾਤਾਰਤਾ ਦੇ ਨਾਲ ਪਿਛਲੇ 26-27 ਸਾਲ ਤੋਂ ਹੁਣ ਪਿਛਲੇ 2 ਮਹੀਨੇ ਤੋਂ ਕਿਉਂਕਿ ਪ੍ਰਿੰਟ ਐਡੀਸ਼ਨ ਨਹੀਂ ਜਾਂਦਾ ਕਰੋਨਾ ਦੀ ਵਜ੍ਹਾ ਕਰਕੇ ਸੋ ਉਹਦੇ ਚ ਮੈਂ ਹੁਣ ਨਹੀਂ ਲਿਖਦਾ ਹਾਂ ਔਰ ਜਦੋਂ ਪ੍ਰਿੰਟ ਪੇਪਰ ਆਏਗਾ ਉਹਨੂੰ ਸ਼ੁਰੂ ਕਰਾਂਗੇ ਲੇਕਿਨ ਅਸੀਂ ਫਿਰ ਇਹ ਵੀ ਮਹਿਸੂਸ ਕੀਤਾ ਕਿ ਪੜ੍ਹਨ ਦਾ ਜਾਂ ਉਹਨਾਂ ਕੀ ਸੀਮਤ ਸ਼ੌਕ ਹੈ ਬੇਸ਼ੱਕ ਚੜ੍ਹਦੀ ਕਲਾ ਨੇ ਆਪਣਾ ਇੱਕ ਬੜਾ ਅਹਿਮ ਰੋਲ ਅਦਾ ਕੀਤਾ ਹੈ ਔਰ ਇਹ ਕਾਲਮ ਇਕੱਲੇ ਦੋਨੋਂ ਚੜ੍ਹਦੀ ਕਲਾ ਚ ਨਹੀਂ ਸੀ 12 ਦੇ ਕਰੀਬ ਡਿਫਰੈਂਟ ਪਬਲੀਕੇਸ਼ਨ ਜਿਹਨਾਂ ਦੇ ਵਿੱਚ ਇੰਗਲੈਂਡ ਦੇ ਪੰਜਾਬ ਟਾਈਮਸ ਔਰ ਭਾਰਤ ਦੇ ਵਿੱਚ ਵੀ ਉਹ ਫਤਿਹਨਾਮਾ ਹੋਏ ਵੰਗਾਰ ਹੋਏ ਇਹ ਸਾਰੇ ਵੀ ਉਹਨੂੰ ਕੈਰੀ ਕਰਦੇ ਰਹੇ ਔਰ ਅਸੀਂ ਦਸੰਬਰ 2012 ਚ ਇਸ ਘਾਟ ਨੂੰ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਆਪਣਾ ਇਲੈਕਟ੍ਰੋਨਿਕ ਮੀਡੀਆ ਹੋਣਾ ਚਾਹੀਦਾ ਹੈ TV84 ਉਹਦੇ ਚ ਸਾਡੇ ਕੋਲ 1.5 ਘੰਟਾ ਹੈ ਬਾਕੀ ਅਸੀਂ ਹਮੇਸ਼ਾ ਓਪਨ ਕਿਹਾ ਕਿ ਭਾਈ ਆਓ ਯੂਥ ਰਿਲੇਟਡ ਪ੍ਰੋਗਰਾਮ ਕਰੋ ਕੋਈ ਹੋਰ ਕਰੋ ਪਰ ਮੈਨੂੰ ਬਹੁਤ ਵਾਰ ਇਹ ਲੱਗਦਾ ਹੁੰਦਾ ਕਿ ਵੀ ਜੋ ਕੁਛ ਸਾਡੇ ਕੋਲ ਹੁੰਦਾ ਹੈ ਬਹੁਤ ਵਾਰ ਅਸੀਂ ਉਹਦੇ ਚ ਹੀ ਮੀਨ ਮੇਕ ਕਰਨ ਚ ਵੀ ਜ਼ਿਆਦਾ ਯਕੀਨ ਰੱਖਦੇ ਔਰ ਬਹੁਤ ਵਾਰੀ ਉਸ ਨੂੰ ਢਾਣ ਦੇ ਲਈ ਵੀ ਜਿਹੜੇ ਨੇ ਉਹ ਆਪਣਿਆਂ ਦਾ ਹੀ ਯਤਨ ਹੁੰਦਾ ਹੈ ਸੋ ਅਸੀਂ ਉਸ ਸਾਰੇ ਡਾਈਟ ਨੂੰ ਵੀ ਓਵਰਕਮ ਕੀਤਾ ਪਰ ਇਹਦੇ ਬਾਵਜੂਦ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਸਾਡੀ ਯੂਜ਼ਫੁਲਨੈਸ ਨਹੀਂ ਹੈ ਜਾਂ ਅਸੀਂ ਖਾਮ ਖਾ ਕੋਈ ਪਾਕਿਸਤਾਨ ਦੀ ਜਾਂ ਚੀਨ ਦੀ ਏਜੰਟੀ ਕਰਦੇ ਹਾਂ ਤਾਂ ਸਾਨੂੰ ਕੋਈ ਇਸ ਨੂੰ ਬੰਦ ਕਰਨ ਚ ਵੀ ਕੋਈ ਜਿਹੜਾ ਹੈ ਉਹ ਰਿਗਰੈਟ ਨਹੀਂ ਹੋਏਗਾ ਕਿਉਂਕਿ ਅਸੀਂ ਆਪਣੀ ਕੈਪੈਸਿਟੀ ਦੇ ਵਿੱਚ ਜੋ ਕਰ ਸਕਦੇ ਸੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਔਰ ਕਿਸੇ ਨਾ ਕਿਸੇ ਹੋਰ ਕੈਪੈਸਿਟੀ ਦੇ ਵਿੱਚ ਗੱਲ ਨੂੰ ਜਿਹੜਾ ਜਾਰੀ ਰੱਖਾਂਗੇ ਪਰ ਇਸ ਗੱਲ ਦਾ ਦੁੱਖ ਹੁੰਦਾ ਹੈ ਜਦੋਂ ਕਿ ਉਹ ਲੋਕ ਜਿਹਨਾਂ ਨੇ ਕਦੇ ਜਿਹੜਾ ਇਸ ਕਿਸਮ ਦਾ ਜਿਹੜਾ ਤੁਹਾਡੇ ਨਾਲ ਕੰਮ ਕੀਤਾ ਹੁੰਦਾ ਹੈ ਉਹ ਜਿਹੜੇ ਨੇ ਕੱਲ ਨੂੰ ਇਸ ਕਿਸਮ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਨ ਕਿ ਜਿਵੇਂ ਉਹ ਨਵੇਂ ਨਵੇਂ ਨਿਕਲੇ ਹੋਏ ਬਹੁਤ ਅੱਗੇ ਨਿਕਲ ਗਏ ਨੇ
और जिहड़ा जिवें असीं जिहड़ा किसी की एजेंटी कर रहे हैं। सो दुश्मन का जिहड़ा सानू कोई अफसोस नहीं है, दुश्मन बात करे हन होनी, लेकिन ये अपने नू मैं जरूर कहना चाहुंदा है कि भाई तुसीं तुरे हो बड़ी शान दे नाल, तुहाडे कोल ड्रीम्स ने, तुहाडे कोल रिसोर्सिज ने, तुहाडे कोल वड्डी जिहड़ी है फोर्स भी होएगी जरूर। साडा तां ये जो साडी जनरेशन दे कोल उस वेले सी उहदे च जो असीं अपने टैलेंट दे मुताबक अपनी योग्यता दे मुताबक और अपनी लिमिटेशन दे मुताबक, एक गल तां मैनूं हमेशा एहसास रहा, साडे चंगे मित्र शेख साहब जिहड़े एक फ्रेज इस्तेमाल करदे सी कि कट योर एम्बीशन बाई योर लिमिटेशन, कि भाई अपनी जिहड़ा तुहाडा एम्बीशन है जां तुहाडा अगे वधण दा ख्वाब है उहनूं देखो भी तुहाडियां हद्दां की ने, तुहाडी सीमा की है। लेकिन असी फिर भी सब दे शुक्र गुजार हैं जिन्हां ने सारे पीरियड दे विच हमेशा सानू इस योग बनाया कि असी इस गल नूं अगे तोरण दे समर्थ है। और मैनूं इस गल दी खुशी है कि अज वड्डी गिणती दे विच साडे पाकिस्तानी भैण भरा जिहड़े शायद प्रिंट मीडिया राहीं साडी पहुंच नहीं सी, रेडियो उसके उत्ते भी रेगुलर प्रोग्राम रहे, जिवें अज दी आवाज टोरंटो च रेडियो प्रोग्राम है, पिछले लगभग 25 साल तो मैं रेगुलरली एक शो उहदे ते करदा हर बुधवार, अज भी है शाम नूं 6:30 to 7:30। लेकिन जिवें टीवी 84 दे माध्यम राहीं असीं अपने पाकिस्तानी भरावां तक सिर्फ पाकिस्तान दी लैंड दे उत्ते ही नहीं दुनिया भर च बैठे, और ये भी एक साडे लई माण वाली गल है कि जिवें करतारपुर साहब कोरीडोर खुल्लिया और उस तो बाद जिन्हां नूं सिख संघर्ष बारे नहीं भी पता सी पहले पीरियड, इस प्लेटफॉर्म ने ਉਹ ਜਿਹੜਾ ਮਾਹੌਲ ਸਿਰਜਿਆ ਕਿ ਅੱਜ ਅਸੀਂ ਜਿੱਥੇ ਸਾਡੀਆਂ ਇਤਿਹਾਸਕ ਕਮਜ਼ੋਰੀਆਂ ਨੇ ਜਾਂ ਲੈਪਸਿਸ ਨੇ ਉਹਨਾਂ ਨੂੰ ਵੀ ਅਸੀਂ ਪੋਲਾਈਟ ਲੈਂਗੁਏਜ ਦੇ ਵਿੱਚ ਡਿਸਕਸ ਕਰਦੇ ਹਾਂ, ਔਰ ਇਹ ਫੋਰਮ ਪ੍ਰੋਵਾਈਡ ਅਸੀਂ ਕੀਤਾ ਹੈ ਖਾਸ ਤੌਰ ਤੇ ਜੇ ਮੇਰਾ ਫੋਕਸ ਅੱਜ ਦੇ ਕੰਟੈਕਸਟ ਦੇ ਵਿੱਚ ਪਾਕਿਸਤਾਨ ਜਾਂ ਚਾਈਨਾ ਹੈ, ਤੇ ਮੈਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਭਾਰਤ ਦੇ ਵਿੱਚ ਹੋਈ ਹੈ, ਅਸੀਂ ਕਸ਼ਮੀਰੀਆਂ ਦਾ ਸੰਘਰਸ਼ ਹੋਏ, ਸਾਡੇ 200 million ਤੋਂ ਜ਼ਿਆਦਾ ਮੁਸਲਮਾਨ ਭਰਾ ਭੈਣਾਂ ਭਾਰਤੀ ਨਕਸ਼ੇ ਚ ਹੋਣ, 100 million ਤੋਂ ਜ਼ਿਆਦਾ ਦਲਿਤ ਟ੍ਰਾਈਬਲ ਇਹ ਸਾਰੇ ਹੋਣ, ਅਲਟੀਮੇਟਲੀ ਕੱਲੇ ਕੱਲੇ ਹਰ ਇੱਕ ਨੇ ਲੜ ਕੇ ਦੇਖ ਲਿਆ, ਜਦੋਂ ਤੱਕ ਅਸੀਂ ਬਰਾਡਰ ਲਾਈਨ ਦੇ ਥੱਲੇ ਦੂਸਰਿਆਂ ਦੀ ਪੀੜ ਨੂੰ ਨਹੀਂ ਸਮਝਾਂਗੇ। ਔਰ ਮੈਨੂੰ ਯਾਦ ਹੈ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਨ੍ਹਾਂ ਨੇ ਆਪਣਾ ਬੜਾ ਇੱਕ ਪਾਇਨੀਅਰ ਕੰਮ ਕੀਤਾ ਸਿੱਖ ਸੰਘਰਸ਼ ਦੇ ਉੱਤੇ 4-5 ਸਾਲ, ਜਿਸ ਚ ਉਹਨਾਂ ਦੀ ਕਿਤਾਬ ਫਾਈਟਿੰਗ ਫਾਰ ਫੇਥ ਐਂਡ ਨੇਸ਼ਨ ਡਾਇਲੋਗਸ ਵਿਦ ਸਿੱਖ ਮਿਲੀਟੈਂਟਸ ਨਿਕਲੀ, ਉਹਨਾਂ ਨੂੰ ਜਦੋਂ 1993 ਚ ਪਹਿਲੀ ਵਾਰ ਬਰਕਲੀ ਯੂਨੀਵਰਸਿਟੀ ਚ ਮੈਨੂੰ ਮਿਲੇ, ਔਰ ਡਿਸਕਸ਼ਨ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਬਈ ਸਾਡੇ ਨਾਲ ਇੰਨਾ ਕੁਛ ਹੋ ਰਿਹਾ, ਅਸੀਂ ਇੰਨਾ ਸਫ਼ਰ ਕਰ ਰਹੇ ਹਾਂ, ਪਰ ਕੋਈ ਵੀ ਸਾਡੇ ਲਈ ਆਵਾਜ਼ ਨਹੀਂ ਚੁੱਕਦਾ ਹੈ, ਕੋਈ ਸਾਡੇ ਨਾਲ ਖਲੋਂਦਾ ਨਹੀਂ ਹੈ। ਤਾਂ ਉਹਨੇ ਬੀਬੀ ਨੇ ਬੜੀ ਪੋਲਾਈਟਲੀ ਮੈਨੂੰ ਪੁੱਛਿਆ ਕਿ ਜਿਹੜੇ ਦੂਸਰੇ ਸੰਘਰਸ਼ ਨੇ ਤੁਹਾਡੇ ਲੋਕ ਉਹਨਾਂ ਦੇ ਨਾਲ ਜਾ ਕੇ ਖਲੋਂਦੇ ਨੇ, ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਸੋ ਉਹਨਾਂ ਨੇ ਕਿਹਾ ਵੀ ਇੱਕ ਤਰੀਕਾ ਹੀ ਇਹ ਹੈ, ਜੇ ਤੁਸੀਂ ਕੱਲ ਨੂੰ ਆਪਣੇ ਸਾਥੀ ਬਣਾਉਣੇ ਨੇ, ਆਪਣੇ ਨਾਲ ਜੋੜਨੇ, ਤੇ ਫਿਰ ਤੁਸੀਂ ਉਹਨਾਂ ਦੀ ਪੀੜ ਚ ਜਦੋਂ ਜਾਓਗੇ ਉਹ ਤੁਹਾਡੇ ਨਾਲ ਆ ਕੇ ਖਲੋਣਗੇ। ਸੋ ਮੈਂ ਸਮਝ ਰਿਹਾ ਕਿ ਬੇਸ਼ੱਕ ਜੇ ਅੱਜ ਦੇ ਅਸੀਂ ਕੰਟੈਕਸਟ ਦੇਖੀਏ ਤੇ ਉਸ ਖਿੱਤੇ ਦੇ ਵਿੱਚ ਚੀਨ ਹੋਏ, ਪਾਕਿਸਤਾਨ ਹੋਏ, ਸ੍ਰੀਲੰਕਾ ਹੋਏ, ਮਿਆਂਮਾਰ ਹੋਏ, ਔਰ ਇਸ ਦੇ ਨਾਲ ਜੁੜੇ ਹੋਏ ਮਾਲਦੀਵ ਜਾਂ ਦੂਸਰੇ ਹੋਣ, ਅਸੀਂ ਉਸ ਖਿੱਤੇ ਦੇ ਵਿੱਚ ਇਹਨਾਂ 7-8 ਰਿਆਸਤਾਂ ਦੇ ਨਾਲ ਜਿਹੜਾ ਖਾਲਿਸਤਾਨ ਦੀ ਰਿਆਸਤ ਨੇ, ਅਸੀਂ ਕੋਈ ਚੰਦਰਮਾ ਤੇ ਨਹੀਂ ਹੋਣਾ, ਅਸੀਂ ਉੱਥੇ ਹੀ ਹੋਣਾ, ਪਾਕਿਸਤਾਨ ਨੇ ਵੀ ਸਾਡੇ ਗੁਆਂਢੀ ਹੋਣੇ। ਇਹਨਾਂ ਸਾਰੀਆਂ ਜਿਹੜੀਆਂ ਅਖਲੀਅਤਾਂ ਦੀ ਮੈਂ ਗੱਲ ਵਿਦਨ ਦਾ ਮੈਪ ਕਰਦੇ, ਇਹ ਵੀ ਸਾਡੇ ਨਾਲ ਹੋਣੀ ਆ। ਔਰ ਤੁਸੀਂ ਦੇਖੋ ਕਿ ਜਦੋਂ ਸਿੱਖ ਕਸ਼ਮੀਰੀਆਂ ਦੇ ਨਾਲ ਖੁੱਲ ਕੇ ਖਲੋਤੇ ਕਿੰਨੀ ਤਕਲੀਫ ਦੁਸ਼ਮਣ ਨੂੰ ਹੋਈ, ਔਰ ਜਿਹੜੀ ਅੱਜ ਸਾਡੀ ਸਾਂਝ ਪਾਕਿਸਤਾਨ ਦੇ ਨਾਲ ਹੈ, ਲੋਕਾਂ ਦੇ ਨਾਲ ਖਾਸ ਤੌਰ ਤੇ, ਠੀਕ ਹੈ ਪਾਕਿਸਤਾਨੀ ਹਕੂਮਤ ਨੇ ਜਾਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਨੇ ਕਿਵੇਂ ਡੀਲ ਕਰਨਾ ਹੈ ਸਾਰੀ ਸਿਚੁਏਸ਼ਨ ਨੂੰ, ਉਹਨਾਂ ਦੇ ਆਪਣੇ ਨੈਸ਼ਨਲ ਇੰਟਰਸਟ ਨੇ, ਪਰ ਮੈਂ ਸਮਝਦਾ ਵੀ ਪਾਕਿਸਤਾਨ ਚ ਕੋਈ ਮਿਲਟਰੀ ਰਿਜੀਮ ਰਿਹਾ ਹੋਏ ਜਾਂ ਸਿਵਲੀਅਨ ਐਡਮਿਨਿਸਟ੍ਰੇਸ਼ਨ ਹੋਏ ਕਿਸੇ ਵੀ ਪਾਰਟੀ ਦਾ, ਸਿੱਖਾਂ ਪ੍ਰਤੀ ਉਹਨਾਂ ਦੀ ਮੁਹੱਬਤ, ਉਹਨਾਂ ਦੀ ਲਾਈਨ ਸਿੰਪਥੀ ਵਾਲੀ ਰਹੀ ਹੈ,
ਭਾਵੇਂ ਖਾਲਿਸਤਾਨ ਪ੍ਰਤੀ ਸ਼ਾਇਦ ਉਹਨਾਂ ਦੇ ਵਿੱਚ ਉਸ ਵੇਲੇ ਉਹਨਾਂ ਦੇ ਮੇਨ ਰਡਾਰ ਦੇ ਉੱਤੇ ਇੰਪੋਰਟੈਂਟ ਨਹੀਂ ਸੀ ਲੱਗਦਾ, ਪਰ ਮੈਨੂੰ ਇਹ ਲੱਗਦਾ ਕਿ ਉਹ ਵਕਤ ਕਰੀਬ ਆ ਰਿਹਾ ਕਿ ਜਿਵੇਂ ਲੋਕਾਂ ਦੇ ਅੰਦਰ ਹੁਣ ਇਸ ਗੱਲ ਦੀ ਚੇਤਨਤਾ ਔਰ ਜਾਗਰੂਕਤਾ ਹੈ, ਪਾਕਿਸਤਾਨ ਦੇ ਅੰਦਰ ਵੀ, ਪਾਕਿਸਤਾਨ ਦੀ ਹਕੂਮਤ ਵੀ ਆਉਣ ਵਾਲੇ ਸਮੇਂ ਚ ਖੁੱਲ ਕੇ ਖਾਲਿਸਤਾਨ ਦੇ ਲਈ ਮਦਦ ਵੀ ਕਰੇਗੀ ਔਰ ਇਸ ਮੁੱਦੇ ਨੂੰ ਇੰਟਰਨੈਸ਼ਨਲੀ ਕਸ਼ਮੀਰ ਦੇ ਨਾਲ ਵੀ ਚੁੱਕੇਗੀ। ਬਾਕੀ ਮੈਂ ਜਿਵੇਂ ਸ਼ੁਰੂ ਚ ਹੀ ਕਿਹਾ ਵੀ ਅਸੀਂ ਵੈਲਕਮ ਕਰਦੇ ਕੋਈ ਵੀ ਜਿਹੜੀ ਇਨਪੁਟ ਸਾਨੂੰ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਜਾਂ ਕੁੱਲ ਮਿਲਾ ਕੇ ਵੀ TV84 ਦੇ ਹਵਾਲੇ ਨਾਲ ਹੋਈ ਔਰ ਉਸ ਦੇ ਵਿੱਚ ਅਸੀਂ ਜ਼ਰੂਰ ਐਡੀਸ਼ਨਸ ਕਰਾਂਗੇ। ਸੋ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਮੇਨ ਟੌਪਿਕ ਤੋਂ ਹਟ ਕੇ ਇਹ ਗੱਲ ਕੀਤੀ ਹੈ ਕਿਉਂਕਿ ਕਈ ਦਿਨਾਂ ਤੋਂ ਮੈਨੂੰ ਇਹ ਲੱਗ ਰਿਹਾ ਸੀ ਕਿ ਕਈ ਕੁਛ ਆਲੇ ਦੁਆਲੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਔਰ ਐਟਲੀਸਟ ਰੈਕਰਡ ਨੂੰ ਸਟੇਟ ਕਰ ਦੇਣਾ ਚਾਹੀਦਾ ਕਿ ਭਾਈ ਅਸੀਂ ਕੌਮ ਦੇ ਝੰਡਾ ਬਰਦਾਰ ਹੈ। ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਜੀ ਅਸੀਂ ਕੋਈ ਉਹਦੇ ਜਿਹੜੇ ਹੈ ਉਹ ਸਾਰੀ ਪਾਲਿਸੀ ਨੂੰ ਕੋਈ ਡਾਇਰੈਕਸ਼ਨ ਦੇਣ ਵਾਲੇ ਹੈ। ਬਹੁਤ ਸਾਰੇ ਵੀਰ ਭੈਣਾਂ ਅੱਡ ਅੱਡ ਪਲੇਟਫਾਰਮਸ ਦੇ ਥੱਲੇ ਜਿਹੜਾ ਅੱਡ ਅੱਡ ਤਨਜ਼ੀਮਾਂ ਦੇ ਥੱਲੇ ਆਪਣਾ ਜਿਹੜਾ ਯੋਗਦਾਨ ਪਾ ਰਹੇ ਨੇ, ਅਸੀਂ ਹਰ ਇੱਕ ਦਾ ਰਿਗਾਰਡ ਵੀ ਕਰਦੇ ਹਾਂ ਔਰ ਮੈਂ ਸਮਝਦਾ ਵੀ ਇਹ ਕਿਸੇ ਨਾ ਇੱਕ ਦੇ ਰਾਹੀਂ ਹੋਣ ਵਾਲਾ ਕੰਮ ਹੈ। ਇਹ ਜਿਵੇਂ ਕਿਤੇ ਪੁੱਲ ਬੰਨਣ ਦੇ ਲਈ ਜਿਹੜਾ ਵੀ ਇੱਕ ਪੰਛੀ ਇੱਕ ਤੀਲਾ ਵੀ ਲੈ ਕੇ ਉੱਡ ਕੇ ਉਹਦੇ ਚ ਪਾ ਰਿਹਾ ਹੁੰਦਾ, ਉਹਦਾ ਵੀ ਉਨਾ ਕੀ ਯੋਗਦਾਨ ਹੁੰਦਾ ਹੈ ਜਿੰਨਾ ਕਿ ਕਿਸੇ ਵੱਡੀ ਤਨਜ਼ੀਮ ਦਾ ਹੁੰਦਾ ਹੈ। ਸੋ ਅਸੀਂ ਜੇ ਹੁਣ ਤੱਕ ਸਰਵਾਈਵ ਕੀਤਾ ਇਸ ਮੂਵਮੈਂਟ ਨੇ ਇਸ ਲਈ ਕਿਉਂਕਿ ਕੌਮ ਦਾ ਹਰ ਬੱਚਾ ਬੱਚੀ ਜਿਹੜਾ ਪੰਥ ਨੂੰ ਪਿਆਰ ਕਰਦਾ ਹੈ, ਸਿੱਖੀ ਨੂੰ ਪਿਆਰ ਕਰਦਾ ਹੈ, ਉਹ ਖਾਲਿਸਤਾਨ ਦੀ ਤਹਿਰੀਕ ਔਰ ਸਾਡੇ ਖਾਲਿਸਤਾਨ ਦੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਸਾਡੀ ਗੱਲ ਦੇ ਵਿੱਚ ਕੋਈ ਭਾਰ ਹੁੰਦਾ ਹੈ। ਜੇ ਸਾਡੇ ਸ਼ਹੀਦਾਂ ਨੇ ਇਸ ਕਦਰ ਕੁਰਬਾਨੀ ਨਾ ਕੀਤੀ ਹੁੰਦੀ ਤੇ ਸ਼ਾਇਦ ਅੱਜ 35-36 ਸਾਲ ਬਾਅਦ ਜਦੋਂ ਕਿ ਹਕੂਮਤ ਨੇ ਟਿੱਲ ਲਾਇਆ ਹਰ ਫਰੰਟ ਦੇ ਉੱਤੇ, ਟੋਟਲ ਵਾਰ ਸਿੱਖਾਂ ਦੇ ਖਿਲਾਫ ਐਲਾਨੀ ਹੋਈ ਹੈ, ਫਿਰ ਵੀ ਜੇ ਸਾਡਾ ਕਾਫਲਾ ਵਧਦਾ ਜਾ ਰਿਹਾ ਹੈ, ਬੇਸ਼ੱਕ ਸ਼ਹੀਦੀਆਂ ਵੀ ਹੋਈਆਂ ਨੇ, ਕੋਈ ਖੱਬੇ ਸੱਜੇ ਡਿੱਗੇ ਨੇ, ਕੋਈ ਵਿਕੇ ਨੇ, ਕੋਈ ਝੁਕੇ ਨੇ, ਕੋਈ ਸੌ ਗਏ ਨੇ, ਕੋਈ ਪਿੱਛੇ ਹਟ ਗਏ ਨੇ, ਲੇਕਿਨ ਫਿਰ ਵੀ ਜੇ ਨਿਰੰਤਰ ਕਾਫਲਾ ਵਧਦਾ ਜਾ ਰਿਹਾ ਹੈ ਤੇ ਇਹ ਦਸ਼ਮੇਸ਼ ਪਿਤਾ ਦਾ ਉਹਨਾਂ ਦੀ ਬਲੈਸਿੰਗ ਹੈ, ਉਹਨਾਂ ਦੀ ਬਖਸ਼ਿਸ਼ ਹੈ ਔਰ ਅਸੀਂ ਜਿਹੜਾ ਉਸ ਦੇ ਵਿੱਚ ਤੁਹਾਡੇ ਸਭ ਦੇ ਯੋਗਦਾਨ ਨੂੰ ਇਹੀ ਨਹੀਂ ਐਕਨੋਲਜ ਕਰਦੇ, ਅਸੀਂ ਉਸ ਨੂੰ ਜਿਹੜਾ ਉਸ ਪ੍ਰਤੀ ਹਮੇਸ਼ਾ ਹੀ ਸ਼ੁਕਰ ਗੁਜ਼ਾਰ ਹੈ ਕਿ ਤੁਸੀਂ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇਸ ਗੱਲ ਨੂੰ ਅੱਗੇ ਜਾਰੀ ਰੱਖ ਸਕੀਏ। ਔਰ ਗੱਲ ਚੀਨ ਭਾਰਤ ਕਲੈਸ਼ ਦੇ ਹਵਾਲੇ ਨਾਲ ਖ਼ਬਰਾਂ ਭਾਰਤੀ ਮੀਡੀਆ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਔਰ ਉਹਨਾਂ ਦੇ ਉਹ ਹੰਕਾਰੇ ਹੋਏ ਥਰਡ ਰੇਟ ਮੇਜਰ ਗੌਰਵ ਆਰੀਆ ਵਰਗੇ ਲੋਕ ਜਿਹੜੇ ਕਿ ਆਪਣੇ ਫੌਜ ਦੇ ਉਹਨਾਂ ਜਰਨੈਲਾਂ ਨੂੰ ਵੀ ਜਾਂ ਉਹਨਾਂ ਐਕਸਪਰਟਸ ਨੂੰ ਵੀ ਜਿਨ੍ਹਾਂ ਚ ਖਾਸ ਤੌਰ ਤੇ ਲੈਫਟੀਨੈਂਟ ਜਨਰਲ HS ਪਨਾਂਗ ਔਰ ਦੂਸਰੇ ਜਿਹੜੇ ਉਹਨਾਂ ਦੇ ਡਿਫੈਂਸ ਐਕਸਪਰਟਸ ਨੇ ਉਹਨਾਂ ਪ੍ਰਤੀ ਭੱਦੀ ਜ਼ਬਾਨ ਵਰਤ ਰਹੇ ਨੇ, ਉਹਨਾਂ ਨੂੰ ਇਹ ਕਹਿ ਰਹੇ ਨੇ ਕਿ ਭਾਈ ਤਿਆਰ ਹੋਵੋ, ਲੋਕ ਤੁਹਾਨੂੰ ਭਜਾ ਕੇ ਮਾਰਨਗੇ, ਫਿਰ ਨਾ ਚੀਕਾਂ ਮਾਰਿਓ, ਕਿਉਂਕਿ ਉਹ ਇਸ ਕਦਰ ਝੂਠ ਦੇ ਵਿੱਚ ਖੁਦ ਮੁਲਵਸ ਨੇ ਔਰ ਉਹਨਾਂ ਨੇ ਇਵੇਂ ਝੂਠ ਵੇਚਿਆ ਹੋਇਆ ਕਿ ਜਦੋਂ ਉਹਨਾਂ ਦੇ ਦਾਇਰਾ ਕਾਰ ਚੋਂ ਹੀ ਉੱਠ ਕੇ ਕਹਿੰਦਾ ਕਿ ਭਾਈ ਤੁਹਾਡੀ 60 ਸਕੁਅਰ ਕਿਲੋਮੀਟਰ ਟੈਰੀਟਰੀ ਗਈ ਜੋ ਅਸੀਂ 1962 ਚ ਵੀ ਨਹੀਂ ਸੀ ਗਵਾਇਆ, ਗਲਵਾਨ ਵੈਲੀ ਨੂੰ ਉਹ ਵੀ ਗਈ, ਤੁਹਾਡਾ ਕਿੱਥੇ ਗਿਆ ਸਾਰਾ ਰਿਜ਼ੋਲਵ ਜਿਹੜਾ ਸੀ, ਫੌਜ ਨੂੰ ਤੁਸੀਂ ਕਿਵੇਂ ਸਾਡੇ ਫੌਜੀ ਮਰਵਾਏ ਨੇ ਔਰ ਬਿਲਕੁਲ ਜਿਹੜਾ ਤੁਹਾਡੀ ਸਾਰੀ ਸਟ੍ਰੈਟਜੀ ਕਮਾਂਡ ਤੁਹਾਡੀ ਇੰਟੈਲੀਜੈਂਸ ਫੇਲ ਹੋਈ ਹੈ। ਹੁਣ ਇਹ ਜਦੋਂ ਬਾਹਰਲੇ ਕਹਿੰਦੇ ਨੇ, ਅਸੀਂ ਇੱਥੋਂ ਕਹਿੰਦੇ ਹਾਂ ਇਹ ਤਾਂ ਖਾਲਿਸਤਾਨੀ ਪ੍ਰੋਪੇਗੈਂਡਾ ਹੈ ਜਾਂ ਕੋਈ ਹੋਰ ਕਹੇ ਤੇ ਫਿਰ ਪਾਕਿਸਤਾਨ ਦੀ ISI ਨਾਲ ਜੋੜ ਦਿਓ, ਲੇਕਿਨ ਜਦੋਂ ਉਹਨਾਂ ਦੇ ਉਹ ਲੋਕ ਜਿਨ੍ਹਾਂ ਨੇ 40-40 ਸਾਲ ਸਰਵ ਕੀਤਾ ਇਸ ਕਿਸਮ ਦੀ ਗੱਲ ਕਹਿੰਦੇ ਨੇ ਤੇ ਜ਼ਾਹਿਰ ਤੌਰ ਤੇ ਉਹਨਾਂ ਨੂੰ ਬਹੁਤ ਤਕਲੀਫ਼ ਹੈ ਔਰ ਫਿਰ ਉਹਦੇ ਚੋਂ ਉਹਨਾਂ ਨੇ ਆਪਣਾ ਨੈਰੇਟਿਵ ਕੱਢਿਆ। ਪਹਿਲਾਂ ਤਾਂ ਬਣਾ ਦਿੱਤਾ ਜੀ ਇਹ ਹਮਾਰੇ ਬੇਸ਼ੱਕ 20 ਮਰੇ ਹੈ ਪਰ ਉਹਨੇ 40 ਚੀਨੀ ਫੌਜੀਓ ਕੋ ਮਾਰਾ ਔਰ ਇਸ ਦੇ ਉੱਤੇ ਬੜਾ ਪ੍ਰੋਪੇਗੈਂਡਾ ਕੀਤਾ ਗਿਆ ਜੀ ਔਰ ਮਰਨ ਵਾਲਿਆਂ ਚ ਉਹਨਾਂ ਦਾ ਇੱਕ ਕਮਾਂਡਰ ਵੀ ਸੀ ਔਰ ਇਹ ਵਾਰ ਵਾਰ ਕਹਿਣ ਦੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਗਈ ਕਿ ਜੀ ਇਹ ਹੋਇਆ ਪਰ ਜਦੋਂ ਮੋਦੀ ਨੇ ਹੀ ਐਡਮਿਟ ਕੀਤਾ ਕਿ ਜੀ ਇਹ ਤਾਂ ਨਾ ਕੋਈ ਸਾਡੇ ਆਇਆ ਨਾ ਸਾਡੀ ਕੋਈ ਥਾਂ ਲਈ ਨਾ ਕੋਈ ਸਾਡੀ ਥਾਂ ਉਹਨਾਂ ਕੋਲ ਹੈ
ਕਿ ਚਾਈਨਾ ਨੂੰ ਇਸ ਗੱਲ ਨੇ ਹੋਰ ਵੀ ਜਿਹੜੀ ਉਹਨਾਂ ਦਾ ਨੈਰੇਟਿਵ ਸੀ ਉਹ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਕਿ ਭਾਈ ਇਹ ਜਿਹੜਾ ਇਹਨਾਂ ਦੀ ਸ਼ਰਾਰਤ ਹੈ ਔਰ ਕੱਲ ਜਿਹੜੀ ਇੱਕ ਉਹਨਾਂ ਦੀ ਪ੍ਰੈਸ ਕਾਨਫਰੰਸ ਜਿਹਦੇ ਚ ਉਹਨਾਂ ਦੇ ਡਿਫੈਂਸ ਮਿਨਿਸਟਰੀ ਨਾਲ ਸੰਬੰਧਤ ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਨਾਲ ਸੰਬੰਧਤ ਉਹਨਾਂ ਦੇ ਸਪੋਕਸ ਪਰਸਨ ਸਨ ਚਾਈਨੀਜ਼ ਫੋਰਨ ਮਿਨਿਸਟਰੀ ਦੇ ਵਾਂਗ ਜਾਈ ਔਰ ਉਹਨਾਂ ਨੇ ਜਿਹੜਾ ਇੱਕ ਪ੍ਰੈਸ ਬਰੀਫਿੰਗ ਕੀਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਦੋ ਗੱਲਾਂ ਉਹਨਾਂ ਨੇ ਫਿਰ ਰਿਪੀਟਡਲੀ ਕਹੀਆਂ ਨੇ ਕਿ ਭਾਈ ਇਹ ਜਿਹੜਾ ਜੋ ਹੁਣ ਇੰਡੀਅਨ ਮੀਡੀਆ ਜਾਂ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਮਿਨਿਸਟਰੀ ਕਹਿ ਰਹੀ ਹੈ ਉਹਨਾਂ ਨੇ ਝੂਠੀਆਂ ਰਿਪੋਰਟਾਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਫੇਕ ਨਿਊਜ਼ ਹੈ ਕਿ ਸਾਡੇ 40 ਮਰੇ ਔਰ ਸੈਕਿੰਡਲੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਹਿਲਾਂ ਭਾਰਤ ਨੇ ਸ਼ੁਰੂ ਕੀਤਾ ਔਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਬੜਾ ਕਲੀਅਰਲੀ ਇਹ ਲਾਈਨ ਲਈ ਹੈ ਕਿ ਵੀ ਉਹਨਾਂ ਨੇ ਗ੍ਰਾਫਿਕ ਅਕਾਊਂਟ ਦਿੱਤਾ ਦੇ ਗਏ ਵੀ ਗ੍ਰਾਫਿਕ ਅਕਾਊਂਟ ਆਫ ਇਵੈਂਟਸ ਦੈਟ ਲੈਡ ਟੂ ਦਾ ਕ੍ਰੈਸ਼ ਔਰ ਉਹਨਾਂ ਨੇ ਇਸ ਗੱਲ ਨੂੰ ਫੇਰ ਇਨ ਪਰਸਪੈਕਟਿਵ ਪੁੱਟ ਕੀਤਾ ਕਿ ਇਹ ਜਿਹੜਾ ਭਾਰਤ ਦਾ ਵੱਲੋਂ ਕੀਤਾ ਗਿਆ ਸੀ ਔਰ ਅਸੀਂ ਐਪਰੋਪ੍ਰੀਏਟਲੀ ਇਸ ਨੂੰ ਰਿਸਪੋਂਡ ਕੀਤਾ ਔਰ ਉਹਦਾ ਉਹਨਾਂ ਨੇ ਜਿਹੜਾ ਬਿਲਕੁਲ ਬ੍ਰੇਕ ਡਾਊਨ ਵੀ ਦਿੱਤਾ ਹੁਣ ਭਾਰਤ ਦੇ ਵਿੱਚ ਕਿਉਂਕਿ ਹੋਰ ਤਾਂ ਇਹਨਾਂ ਦਾ ਕੁਛ ਚੱਲ ਨਹੀਂ ਰਿਹਾ ਤੇ ਚਾਈਨੀਜ਼ ਚੀਜ਼ਾਂ ਦੇ ਬਾਈਕਾਟ ਦੀ ਲਾਈਨ ਦੀ ਗੱਲ ਹਾਲਾਂਕਿ ਇੱਕ ਪਾਸੇ ਲੋਕਾਂ ਨੂੰ ਇਹ ਪਰੋਸਿਆ ਜਾ ਰਿਹਾ ਕਿ ਜੀ ਹੋ ਗਈ ਕਮਾਂਡਰ ਲੈਵਲ ਤੇ ਗੱਲਬਾਤ ਡੀ ਐਸਕੇਲੇਸ਼ਨ ਹੋ ਰਹੀ ਹੈ ਔਰ ਲੇਕਿਨ ਜਿਹੜੇ ਇੰਟਰਨੈਟ ਦੇ ਉੱਤੇ ਜਾਂ ਸੋਸ਼ਲ ਮੀਡੀਆ ਤੇ ਸੈਟੇਲਾਈਟ ਇਮੇਜਸ ਦੋ ਦਿਨ ਪੁਰਾਣੇ ਆਏ ਨੇ ਉਹਨਾਂ ਦੇ ਵਿੱਚ ਇਹ ਹੀ ਹੈ ਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਪੀਪਲ ਲਿਬਰੇਸ਼ਨ ਆਰਮੀ ਉਹਨਾਂ ਦਾ ਵੀ ਬਿਲਟ ਅਪ ਹੋ ਰਿਹਾ ਪੂਰਾ ਔਰ ਇਧਰੋਂ ਇਹਨਾਂ ਨੇ ਵੀ ਸਣੇ ਟੈਂਕਸ ਔਰ ਦੂਜੇ ਉਹ ਲਾਈਨ ਖੜੀ ਕੀਤੀ ਹੋਈ ਹੈ ਸੋ ਇਹ ਵੀ ਖਬਰ ਗਲਤ ਹੈ ਕਿ ਇਹ ਡੀ ਐਸਕੇਲੇਸ਼ਨ ਹੈ ਔਰ ਜਿਵੇਂ ਅਸੀਂ ਦੇਖਿਆ ਵੀ ਭਾਰਤ ਦਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਸਪੈਸ਼ਲੀ ਮਾਸਕੋ ਗਿਆ 75ਵੀਂ ਜਿਹੜੀ ਉਹਨਾਂ ਦੀ ਵਿਕਟਰੀ ਪੈਰੇਡ ਹੈ ਨਾਜ਼ੀ ਜਰਮਨੀ ਦੇ ਉੱਤੇ ਉਹਨਾਂ ਨੇ ਰਸ਼ੀਅਸ ਨੇ ਵਿਕਟਰੀ ਪਾਈ ਸੈਕੰਡ ਵਰਲਡ ਵਾਰ ਦੇ ਐਂਡ ਇਹਦੇ ਨਾਲ ਇਸ ਦੀ ਬਿਗਨਿੰਗ ਆਫ ਦਾ ਐਂਡ ਸ਼ੁਰੂ ਹੋਇਆ ਔਰ ਉਹਦੇ ਚ ਵੀ ਤਰਲਿਆਂ ਦੇ ਬਾਵਜੂਦ ਰੂਸ ਨੇ ਵੀ ਹੱਥ ਧੋ ਲਏ ਉਹਨਾਂ ਨੇ ਕਿਹਾ ਜੀ ਤੁਹਾਡਾ ਤੁਸੀਂ ਦੋਨੋਂ ਜ਼ਿੰਮੇਵਾਰ ਪਾਵਰਸ ਹੋ ਇਹ ਬਾਈਲੈਟਰਲ ਤੁਸੀਂ ਗੱਲਬਾਤ ਕਰ ਸਕਦੇ ਹੋ ਔਰ ਇਸ ਦੇ ਨਾਲ ਈਵਨ ਜਿਹੜਾ ਚਾਈਨੀਜ਼ ਡਿਫੈਂਸ ਮਿਨਿਸਟਰ ਦੇ ਨਾਲ ਕੋਈ ਲੰਚ ਜਾਂ ਡਿਨਰ ਜਾਂ ਬ੍ਰੈਕਫਾਸਟ ਉਹਨਾਂ ਦਾ ਸੀ ਜੀ ਤੁਰਦੇ ਤੁਰਦੇ ਹੀ ਕਾਫੀ ਦਾ ਕੱਪ ਫੜਾ ਦਿਓ ਫੋਟੋ ਹੋ ਜਾਏ ਉਹ ਵੀ ਚਾਈਨਾ ਨੇ ਫਰਮਲੀ ਕਿਹਾ ਨੋ ਸੋ ਹੁਣ ਭਾਰਤ ਦੇ ਵਿੱਚ ਇੱਕ ਗਰਾਸ ਰੂਟ ਦੇ ਉੱਤੇ ਜ਼ਰੂਰ ਇਹਨਾਂ ਦੇ ਆਰਐਸਐਸ ਦਾ ਕਾਡਰ ਚਾਈਨੀਜ਼ ਚੀਜ਼ਾਂ ਦਾ ਬਾਈਕਾਟ ਕਰਨ ਦੀ ਲਾਈਨ ਵੱਲ ਤੁਰ ਰਿਹਾ ਪਰ ਨਾਲ ਹੀ ਉਹਨਾਂ ਦੀ ਆਪਣੀ ਸਟੋਰੀ ਜਿਵੇਂ ਬੀਬੀਸੀ ਦੀ ਸਟੋਰੀ ਹੈ ਕਿ ਚੀਨ ਜੇ ਭਾਰਤ ਦਾ ਦਰਦ ਹੈ ਤੇ ਸਾਡੀ ਦਵਾਈ ਵੀ ਚੀਨ ਹੀ ਹੈ ਤੇ ਦਵਾਈ ਚੀਨ ਤੋਂ ਬਿਨਾਂ ਭਾਰਤ ਕਿੱਥੋਂ ਲਿਆਏਗਾ ਸੋ ਇਸ ਗੱਲ ਤੋਂ ਵੀ ਕੋਈ ਦੋ ਰਾਵਾਂ ਨਹੀਂ ਨੇ ਹੁਣ ਜਿਵੇਂ ਹਾਈਡਰੋਕਲੋਰੋਕੁਇਨ ਦੇ ਮੁੱਦੇ ਤੇ ਭਾਰਤ ਨੇ ਬੜਾ ਗੁੱਡਾ ਬੰਨਿਆ ਉੱਥੇ ਲੋਕ ਵੀ ਕਹਿੰਦੇ ਸੁਣਿਆ ਕਿ ਦੇਖੋ ਜੀ ਪ੍ਰੈਜੀਡੈਂਟ ਟਰੰਪ ਨੇ ਵੀ ਮੋਦੀ ਤੋਂ ਦਵਾਈ ਮੰਗੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਈਵਨ ਹਾਈਡਰੋਕਲੋਰੋਕੁਇਨ ਦੇ ਵੀ ਜਿਹੜੇ ਬੇਸਿਕ ਇਨਗਰੀਡੀਐਂਟ ਨੇ ਉਹ ਚਾਈਨਾ ਤੋਂ ਆਏ ਭਾਰਤ ਦੀਆਂ ਦਵਾਈਆਂ ਹੋਣ ਔਰ ਹਰ ਚੀਜ਼ ਅੱਜ ਜੇ ਚਾਈਨਾ ਇਸ ਗੱਲ ਦਾ ਫੈਸਲਾ ਕਰੇ ਕਿ ਭਾਈ ਅਸੀਂ ਬਿਲਕੁਲ ਇਹਨਾਂ ਨੂੰ ਕੁਛ ਨਹੀਂ ਦੇਣਾ ਔਰ ਇਸ ਗੱਲ ਦਾ ਵੀ ਧਿਆਨ ਰਹੇ ਇਹ ਵੀ ਇਹਨਾਂ ਨੇ ਬੜਾ ਗੁੱਡਾ ਬੰਨਿਆ ਹੋਇਆ ਕਿ ਜੀ ਪਤਾ ਨੀ ਕਿੰਨੀ ਟ੍ਰੇਡ ਜਿੰਨੀ ਚਾਈਨਾ ਦੀ ਦੁਨੀਆ ਦੇ ਨਾਲ ਟ੍ਰੇਡ ਹੈ ਉਹਦਾ ਸਿਰਫ 2% ਭਾਰਤ ਦੇ ਨਾਲ ਹੈ ਸੋ 98% ਜੇ ਚਾਈਨਾ ਇੰਟੈਕਟ ਰੱਖਦਾ ਤੇ 2% ਜਿਹੜਾ ਕਿ ਭਾਰਤ ਕਰ ਹੀ ਨੀ ਉਹਨਾਂ ਦਾ ਕਲੈਪਸ ਹੋ ਜਾਏਗਾ ਇਹ ਨਹੀਂ ਕਿ ਕੋਈ ਛਤਰੀਆਂ ਜਾਂ ਕੋਈ ਸੈੱਲ ਜਾਂ ਬੈਟਰੀਆਂ ਜਾਂ ਪੱਖੀਆਂ ਹੀ ਚਾਹੀਦੀਆਂ ਨੇ ਹਰ ਚੀਜ਼ ਦੇ ਵਿੱਚ ਉਹਨਾਂ ਦਾ ਕੰਮ ਇਹਨਾਂ ਦੇ ਐਲੀਵੇਟਰ ਖੜੇ ਹੋ ਜਾਣਗੇ ਜੇ ਚਾਈਨਾ ਕੇ ਹਰ ਪੁਰਜ਼ਾ ਹਰ ਚੀਜ਼ ਦੇ ਵਿੱਚ ਚਾਈਨਾ ਦਾ ਔਰ ਉਹਨਾਂ ਦੇ ਨਾਲ ਇਹ ਕੰਪੀਟ ਹੀ ਨਹੀਂ ਕਰ ਸਕਦੇ ਸੋ ਇੱਕ ਪਾਸੇ ਇਸ ਕਿਸਮ ਦੀ ਲਾਈਨ ਹੈ ਔਰ ਚਾਈਨਾ ਜਿਵੇਂ ਮੇਰਾ ਅਕਸਰ ਇਹ ਕਹਿਣਾ ਹੁੰਦਾ ਵੀ ਦੋ ਗੱਲਾਂ ਚੀਨ ਬਾਰੇ ਬੜੀਆਂ ਕਲੀਅਰ ਨੇ ਉਹਨਾਂ ਦੀ ਸਿਵਿਲਾਈਜੇਸ਼ਨ ਦੇ ਹਵਾਲੇ ਨਾਲ ਉਹਨਾਂ ਦੀ ਤਹਿਜ਼ੀਬ ਦੇ ਹਵਾਲੇ ਨਾਲ ਇੱਕ ਤਾਂ ਜ਼ਾਹਰ ਹੈ ਕਿ ਚੀਨੇ ਕਦੇ ਦਾਨ ਨਹੀਂ ਦਿੰਦੇ ਇਹ ਨਹੀਂ ਹੈ ਜਿਵੇਂ ਸਾਡੀ ਟ੍ਰੈਡੀਸ਼ਨ ਹੈ ਜਾਂ ਅਮਰੀਕਨ ਬਹੁਤ ਵੱਡੇ ਫਾਈਲੈਂਥਰੋਪਿਸਟ ਨੇ ਭਾਵੇਂ ਬਹੁਤ ਵਾਰ ਅਸੀਂ ਸਟੇਟ ਦੀਆਂ ਪਾਲਿਸੀਜ਼ ਨੂੰ ਲੈ ਕੇ ਕ੍ਰਿਟਿਕ ਵੀ ਹੋਈਏ ਅਮਰੀਕਨਾਂ ਤੋਂ ਵੱਡਾ ਜਿਹੜਾ ਹੈ ਉਹ ਇਸੇ ਲਈ ਜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਦਾ ਇਹਨਾਂ ਨੇ ਕਾਨਸੈਪਟ ਦਿੱਤਾ ਹੋਇਆ ਤੇ ਇਹ ਗਿਵਰ ਨੇ ਸਾਡੇ ਤਾਂ ਮਜ਼ਹਬ ਚ ਸਿੱਖੀ ਚ 1/10 ਦਸਵੰਧ ਦੇਣਾ ਸਾਡੇ ਧਰਮ ਦਾ ਹਿੱਸਾ ਹੈ ਇਸਲਾਮ ਦੇ ਵਿੱਚ ਵੀ ਜ਼ਕਾਤ
ਦਾ ਪਾਰਟ ਹੈ। ਹਾਂ ਚੀਨੇ ਦਾਨ ਨਹੀਂ ਦਿੰਦੇ, ਲੇਕਿਨ ਤੁਹਾਡੀ ਮਦਦ, ਜਿਵੇਂ ਹੁਣ ਇਹ ਹੈ ਕਿ 138 ਦੇ ਕਰੀਬ ਦੇਸ਼ ਜਿੱਥੇ ਵਨ ਬੈਲਟ ਵਨ ਰੋਡ ਕਾਨਸੈਪਟ ਦੇ ਥੱਲੇ ਜਿਹਨੂੰ ਸਿਲਕ ਰਾਊਟ ਕਹਿੰਦੇ ਨੇ ਉਹਨਾਂ ਨੇ ਜਾਣਾ, ਉਹਨਾਂ ਨੇ ਬੜੇ ਲਿਬਰਲੀ ਲੋਨ ਦਿੱਤੇ ਨੇ। ਉਹਨਾਂ ਨੇ ਮੇਰਾ ਖਿਆਲ ਹੈ $400 billion ਦੇ ਲੋਨ ਦਿੱਤੇ ਨੇ, ਜਿਹਨਾਂ ਜ਼ਾਹਰ ਹੈ ਪਾਕਿਸਤਾਨ ਨੂੰ ਵੀ ਔਰ ਸ੍ਰੀਲੰਕਾ ਨੂੰ ਵੀ, ਬੰਗਲਾਦੇਸ਼ ਨੂੰ ਵੀ, ਕਿਉਂਕਿ ਇਨਫਰਾਸਟ੍ਰਕਚਰ, ਸੜਕਾਂ, ਗੱਡੀਆਂ, ਪੁਲ, ਇਹ ਸਾਰਾ ਬਿਲਡ ਕਰਨ ਦਾ ਹੁਣ ਕ੍ਰਾਈਸਿਸ ਚੱਲ ਰਿਹਾ, ਕਿਉਂਕਿ ਇਕਾਨਮੀ ਸਭ ਦੀ ਠੱਪ ਹੈ। ਇਹ ਵੀ ਪੁੱਛਿਆ ਜਾ ਰਿਹਾ, ਅਮਰੀਕਾ ਬਾਰ ਬਾਰ ਪ੍ਰਵੋਕ ਕਰ ਰਿਹਾ ਜੀ ਚੀਨ ਪਹਿਲਾਂ ਲੋਨ ਦੇਗਾ ਫਿਰ ਤੁਹਾਡੀ ਥਾਂ ਖਾ ਜਾਏਗਾ, ਪਰ ਚਾਈਨਾ ਨੇ ਵੀ ਇਸ ਦੇ ਉੱਤੇ ਉਹਨਾਂ ਦੀ ਕੰਸੀਡਰੇਸ਼ਨ ਚੱਲ ਰਹੀ ਹੈ, ਉਹ ਇੰਟਰਸਟ ਰੇਟ ਵੀ ਘਟਾ ਦੇਣਗੇ, ਹੋ ਸਕਦਾ ਕੁਛ ਦੇਰ ਲਈ ਕਿਸ਼ਤ ਵੀ ਜਿਹੜੀ ਹੈ ਨਾ ਲੈਣ, ਹਾਲਾਂ ਪਾਕਿਸਤਾਨ ਨਾਲ ਵੀ ਗੱਲਬਾਤ ਚੱਲ ਰਹੀ ਹੈ, ਪਰ ਇਹ ਐਕਸਪੈਕਟ ਕਰਨਾ ਜੀ ਉਹ ਮਾਫ਼ ਕਰ ਦੇਣਗੇ, ਉਹ ਸ਼ਾਇਦ ਨਾ ਕਰਨ, ਸਾਲ ਦੋ ਸਾਲ ਲੱਗੇ, ਚਲ ਇਹ ਵੀ ਉਹਨਾਂ ਦੀ ਕਮਜ਼ੋਰੀ ਜਾਂ ਵਪਾਰੀ ਨੇ। ਪਹਿਲੀ ਗੱਲ ਤਾਂ ਉਹ ਪੱਕੇ ਵਪਾਰੀ ਨੇ, ਹਰ ਗੱਲ ਜਿਹੜੀ ਆ ਉਹਦੇ ਚ ਐਂਗਲ ਵਪਾਰ ਦਾ ਹੁੰਦਾ। ਦੂਸਰੀ ਗੱਲ ਜਿਹੜੀ ਇਸ ਕੰਟੈਕਸਟ ਦੇ ਵਿੱਚ ਹੋਰ ਵੀ ਰੈਲੇਵੈਂਟ ਹੈ ਕਿ ਉਹ ਆਪਣੇ ਕੰਮਾਂ ਦੇ ਨਾਲ ਜਵਾਬ ਦਿੰਦੇ ਨੇ, ਉਹ ਬਿਆਨਬਾਜ਼ੀਆਂ ਨਹੀਂ ਕਰਦੇ। ਹੁਣ ਭਾਰਤ ਦੇ ਵਿੱਚ ਤਾਂ ਅਜੇ ਗ੍ਰਾਸ ਰੂਟ ਤੇ ਹੀ ਇਹ ਗੱਲ ਉਹਨਾਂ ਨੇ ਸ਼ੁਰੂ ਕਰਨੀ ਸ਼ੁਰੂ ਕੀਤੀ ਕਿ ਜੀ ਜਾ ਕੇ ਜਿਹੜੇ ਕੋਈ ਸਟੋਰ ਨੇ ਜੀ ਚੀਨੀ ਚੀਜ਼ਾਂ ਨਾ ਖਰੀਦੋ, ਫਲਾਣਾ ਨਾ ਕਰੋ, ਟਿਮਕਾ ਨਾ ਕਰੋ, ਪਰ ਚਾਈਨਾ ਨੇ ਨਾਲ ਦੀ ਨਾਲ ਜਵਾਬ ਦੇ ਦਿੱਤਾ। ਉਹਨਾਂ ਨੇ ਤਿੰਨ ਮੁਲਕ, ਬੰਗਲਾਦੇਸ਼, ਨੇਪਾਲ ਔਰ ਮਿਆਂਮਾਰ, ਨੇਪਾਲ ਬਾਰੇ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ, ਉਹ ਤਾਂ ਚਾਈਨਾ ਦੇ ਆਰਬਿਟ ਚ ਹੈ ਹੀ ਹੈ, ਬੰਗਲਾਦੇਸ਼ ਜਿਹਨੂੰ ਭਾਰਤ ਇਹ ਕਲੇਮ ਕਰਦਾ ਜੀ ਅਸੀਂ ਆਜ਼ਾਦੀ ਲੈ ਕੇ ਦਿੱਤੀ, ਜ਼ਾਹਰ ਹੈ ਫੌਜੀ ਦਖਲ ਅੰਦਾਜ਼ੀ ਔਰ ਮੁਕਤੀ ਵਾਹਿਨੀ ਸਾਰੀ ਡਰਾਮੇਬਾਜ਼ੀ, ਲੇਕਿਨ ਜਿਸ ਬੰਗਲਾਦੇਸ਼ ਨੂੰ ਭਾਰਤ ਸਮਝਦਾ ਸੀ ਕਿ ਇਹ ਹੁਣ ਸ਼ੇਖ ਹਸੀਨਾ, ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ, ਜਿਹਨੂੰ ਦੋ ਤਿੰਨ ਚੋਣਾਂ ਜਿਤਾਈਆਂ ਨੇ, ਰਾਹ ਦੇ ਬੰਦੇ ਉੱਥੇ ਬੈਠ ਕੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਇਹਦੀ ਰਾਈਵਲ ਖਾਲਿਦਾ ਜ਼ਿਆ, ਉਹਨੂੰ ਪਤਾ ਨੀ 12-14 ਸਾਲ ਦੀ ਕੈਦ ਵੀ ਸੁਣਾਈ ਹੋਈ ਹੈ, ਲੇਕਿਨ ਇਹ ਵੀ ਰੋਕ ਨਹੀਂ ਸਕਿਆ ਕਿਉਂਕਿ ਬੰਗਲਾਦੇਸ਼ ਨੇ ਵੀ ਇਹ ਰਿਅਲਾਈਜ਼ ਕੀਤਾ, ਪਹਿਲਾਂ ਵੀ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦਾ ਹਿੱਸਾ ਸੀ, ਔਰ ਚਾਈਨਾ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਕਿ ਇਹ ਤਿੰਨੋਂ ਹੀ ਦੇਸ਼, ਮਿਆਂਮਾਰ ਜਿਹਦਾ ਪੁਰਾਣਾ ਨਾਂ ਬਰਮਾ ਸੀ, ਬੰਗਲਾਦੇਸ਼ ਔਰ ਸ੍ਰੀਲੰਕਾ, ਉਹਦੇ ਤੋਂ ਜਿਹੜੀਆਂ ਚੀਜ਼ਾਂ ਚੀਨ ਚ ਜਾਣਗੀਆਂ ਉਹਨਾਂ ਦੇ ਉੱਤੇ ਪੂਰੀ ਟੈਰਿਫ ਖਤਮ ਕਰ ਦਿੱਤੀ ਗਈ, ਕੋਈ ਟੈਕਸ ਨਹੀਂ ਹੈ। ਸੋ ਇੰਨੀ ਵੱਡੀ ਮਾਰਕੀਟ ਉਹਨਾਂ ਨੇ ਦੇ ਦਿੱਤੀ ਹੈ, ਔਰ ਭਾਰਤ ਨੂੰ ਹੁਣ ਇਹ ਲੱਗ ਰਿਹਾ ਕਿ ਭਾਈ ਇਹ ਤਾਂ ਸਾਡੇ ਹੱਥੋਂ ਬੰਗਲਾਦੇਸ਼ ਵੀ ਗਿਆ, ਸ੍ਰੀਲੰਕਾ ਵੀ ਗਿਆ, ਪਹਿਲਾਂ ਵੀ ਬੰਗਲਾਦੇਸ਼ ਜਿਵੇਂ ਇਹਨਾਂ ਨੇ ਉਸ ਸਾਰੇ ਦੇ ਥੱਲੇ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ, ਉਹਦਾ ਮਕਸਦ ਵੀ ਬੰਗਾਲੀ ਮੁਸਲਮਾਨਾਂ ਨੂੰ ਜ਼ਲੀਲ ਕਰਨਾ ਜ਼ਿਆਦਾ ਸੀ, ਰੋਹਿੰਗੀਆਂ ਦੇ ਮੁੱਦਿਆਂ ਤੇ ਜਿਵੇਂ ਭਾਰਤ ਨੇ ਮਿਆਂਮਾਰ ਦਾ ਸਾਥ ਦਿੱਤਾ ਔਰ ਬੰਗਲਾਦੇਸ਼ ਦੇ ਖਿਲਾਫਤ ਰੱਖੀ। ਸੋ ਹੁਣ ਰੋਹਿੰਗੀਆਂ ਦੀ ਦੇਖਭਾਲ ਵੀ ਚਾਈਨਾ ਕਰ ਰਿਹਾ, ਉਹ ਕਣਕ ਤੇ ਚੌਲ ਤੇ ਦੂਸਰੀਆਂ ਚੀਜ਼ਾਂ ਕਰ ਰਿਹਾ, ਮਿਆਂਮਾਰ ਔਰ ਬੰਗਲਾਦੇਸ਼ ਨੂੰ ਵੀ ਇੱਕ ਦੂਜੇ ਦੇ ਨੇੜੇ ਲਿਆ ਰਿਹਾ, ਕਿਉਂਕਿ ਜਿਹੜੇ ਰੋਹਿੰਗੀਆ ਮੁਸਲਮਾਨ ਮਿਆਂਮਾਰ ਚੋਂ ਨਿਕਲਦੇ ਨੇ, ਵੱਡੇ ਉਹਨਾਂ ਦੇ ਰਿਫਿਊਜੀ ਕੈਂਪ ਢਾਕਾ ਚ ਬਣੇ ਹੋਏ ਨੇ, ਬੰਗਲਾਦੇਸ਼ ਚ ਬਣੇ ਹੋਏ ਨੇ। ਸੋ ਇਹ ਚਾਈਨਾ ਨੇ ਮਾਸਟਰ ਸਟ੍ਰੋਕ ਮਾਰਿਆ ਜਿਹਦੇ ਥੱਲੇ ਇਹਨਾਂ ਨੂੰ ਬਿਲਕੁਲ ਭੱਜਣ ਨੂੰ ਰਾਹ ਨਹੀਂ ਹੈ, ਔਰ ਹੁਣ ਲੈ ਦੇ ਕੇ ਇੱਕ ਭੂਟਾਨ, ਉਹ ਵੀ ਡੋਕਲਾਮ ਦੇ ਮੁੱਦੇ ਤੇ, ਜੋ 2017 ਚ ਭਾਰਤ ਦੀ ਉੱਥੇ ਦੁਰਦਸ਼ਾ ਹੋਈ, ਭੂਟਾਨ ਦੇ ਨਾਲ ਬਾਰਡਰ ਲੱਗਦਾ ਹੈ ਚੀਨ ਦਾ ਸਿੱਧੇ ਤੌਰ ਤੇ, ਭਾਰਤ ਦਾ ਤੇ ਲੱਗਦਾ ਹੀ ਨਹੀਂ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਚ ਭੂਟਾਨ ਦੇ ਨਾਲ ਜਿਹੜਾ ਚੀਨ ਦੇ ਸਫਾਰਤੀ ਸੰਬੰਧ ਵੀ ਕਾਇਮ ਹੋ ਜਾਣ। ਹੁਣ ਤਾਂ ਜੋ ਵੀ ਉਹਨਾਂ ਨੇ ਮੈਸੇਜ ਦੇਣਾ ਹੁੰਦਾ ਹੈ ਉਹ ਦਿੱਲੀ ਜਾ ਕੇ ਚੀਨ ਦੀ ਐਮਬੈਸੀ ਨੂੰ ਦਿੰਦੇ ਨੇ। ਸੋ ਭਾਰਤ ਦੇ ਪੱਲੇ ਕੀ ਰਿਹਾ? ਸੋ ਅਸੀਂ ਜਿਹੜਾ ਇੱਕ ਤੀਸਰੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਕਿ ਕਿਵੇਂ, ਔਰ ਇਹ ਬਾਹਰ ਦੀਆਂ ਜਿਹੜੇ ਫੋਰਨ ਪਾਲਿਸੀ ਮੈਗਜ਼ੀਨਸ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਵੇਂ ਭਾਰਤ ਬੁਰੀ ਤਰ੍ਹਾਂ ਆਪਣੇ ਨੇਬਰਸ ਨੂੰ ਬਿਲਕੁਲ ਜਿਹੜਾ ਉਹਨਾਂ ਨਾਲੋਂ ਕੱਟਿਆ ਗਿਆ। ਪਰ ਮੈਂ ਇਹ ਘੜੀ ਵੱਲ ਦੇਖ ਰਿਹਾ, ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਇਹ ਦੱਸਦਿਆਂ ਕਿ ਭਾਈ ਇਸ ਵੇਲੇ ਬੇਸ਼ੱਕ ਕਹਿਣ ਨੂੰ ਜਿਵੇਂ ਤੁਸੀਂ ਵੀ ਕਿਹਾ ਕਿ ਬਈ ਹੁਣ ਥੋੜਾ ਜ਼ੋਰ ਘਟਿਆ ਕਰੋਨਾ ਦਾ, ਪਰ ਨਹੀਂ, ਅਮਰੀਕਾ ਚ ਕੱਲ ਵੀ ਇਹ ਗੱਲ ਡਾਕਟਰ ਫੂਚੀ ਨੇ ਕਹੀ, ਕੱਲ ਦੇ ਇਕੱਲੇ ਦਿਨ ਚ 2 ਮਹੀਨੇ ਚ ਸਭ ਤੋਂ ਜ਼ਿਆਦਾ ਕੇਸ ਅਮਰੀਕਾ ਚ 34,700 ਕੇਸ ਕੱਲ ਇੱਕ ਦਿਨ ਦੇ ਵਿੱਚ ਅਮਰੀਕਾ ਚ ਕੋਰੋਨਾ ਪੋਜ਼ਿਟਿਵ ਸੀ, ਔਰ ਉਹ ਸਟੇਟਾਂ ਜਿਹਨਾਂ ਦੇ ਵਿੱਚ ਟੈਕਸਾਸ ਵੀ, ਕੈਲੀਫੋਰਨੀਆ ਵੀ, ਔਰ ਬੜੀ ਤੇਜ਼ੀ ਦੇ ਨਾਲ ਕੇਸਾਂ ਚ ਵਾਧਾ ਹੋਇਆ। ਸੋ ਜਿਹੜੀ ਪ੍ਰੀਕੋਸ਼ਨ ਹੈ ਖਾਸ ਤੌਰ ਤੇ ਇਹ ਲੈਣ ਦੀ ਲੋੜ ਹੈ,
और इस तरह भारत दे विच तेजी नाल वाधा हो रहा है। दिल्ली दे विच इस वेले 70,000 तो ज्यादा कोरोना केस ने, वड्डे वड्डे अस्पताल बनाए जा रहे ने, 2,000 बेड दे और इंडो तिब्बतन बॉर्डर फोर्स दे हवाले कर दिते, और कुल केस दुनिया च इस वेले 9,429,407 ने, मौतां 481,616 ने। अमरीका दे विच 2,438,827 टोटल केस ने, 1,23,744 मौतां ने। भारत दे विच जिहड़ा चौथे नंबर ते है दुनिया केसां दे हवाले नाल, इस वेले 4,72,842 टोटल केस ने और 14,906 मौतां ने। पाकिस्तान 14वें नंबर ते है, 1,88,926 टोटल केस ने और 3,755 जड़ियां ने पाकिस्तान दे विच मौतां ने। और जिहड़ी इवन इंटरनेशनल मॉनिटरी फंड दी वार्निंग है कि भी ये जड़ा इकोनमी दे उत्ते पहला इमेजिन किया जा रहा सी कि इस वायरस का किन्ना माड़ा असर होएगा, हुण हकीकत यह है कि जड़ा पहला कैलकुलेट किया गया सी असर उस तो भी माड़ा होएगा। तो यह सारा पार्ट जड़ा ये नाल दी नाल चल रहे और भारत दे लई हर फ्रंट दे उत्ते जड़ी है उस निराशा तो बिना कुछ नहीं है। हुण बेशक जिवें असीं कल भी डिस्कस किया सी कि भारत चाहुंदा सी कि रूस जिहड़ा है उन्हां नूं जिहड़ा डिफेंस सिस्टम है उन्हां दा S-400 ਉਹ ਦੇ ਦੇ, ਉਹ ਵੀ ਉਹਨਾਂ ਕਿਹਾ ਵੀ 2022 ਤੋਂ ਪਹਿਲਾਂ 2021 ਦਸੰਬਰ ਚ ਡਿਲੀਵਰ ਕਰਾਂਗੇ। ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਗੱਲਬਾਤ ਚੱਲ ਰਹੀ ਆ ਕਿ ਉਹ ਸ਼ਰਤ ਲਾ ਰਹੇ ਨੇ ਰੂਸ ਵਾਲੇ ਕਿ ਜਿਹੜਾ ਤੁਹਾਨੂੰ ਅਸੀਂ ਇਹ ਸਿਸਟਮ ਦੇਣੇ ਨੇ ਇਹਨਾਂ ਦਾ ਇਸਤੇਮਾਲ ਪਾਕਿਸਤਾਨ ਔਰ ਚੀਨ ਦੇ ਖਿਲਾਫ ਨਹੀਂ ਹੋਏਗਾ। ਤੇ ਫਿਰ ਹੁਣ ਭਾਰਤ ਨੇ ਉਹ ਅਮਰੀਕਾ ਦੇ ਖਿਲਾਫ ਤਾਂ ਵਰਤਣੇ ਨਹੀਂ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਹਰ ਫਰੰਟ ਦੇ ਉੱਤੇ ਇਹ ਮੋਦੀ ਸਰਕਾਰ ਨੂੰ ਜੁੱਤੀਆਂ ਪੈ ਰਹੀਆਂ ਨੇ ਔਰ ਹਰ ਫਰੰਟ ਦੇ ਉੱਤੇ ਫੇਲ ਹੋਈ ਹੈ। ਇਕਨੋਮੀ ਦਾ ਜਿਹੜੀ ਆ ਉਹ ਡਾਊਨ ਦਾ ਹਿੱਲ ਜਾ ਰਹੀ ਹੈ, ਇਨਵੈਸਟਮੈਂਟ ਉੱਥੇ ਕੀ ਹੋਣੀ ਆ ਉੱਥੋਂ ਦੌੜ ਰਹੇ ਨੇ ਔਰ ਆਉਣ ਵਾਲੇ ਮਹੀਨੇ ਦੇ ਵਿੱਚ ਜੁਲਾਈ ਐਂਡ ਤੱਕ ਈਵਨ ਜਿਸ ਤੇਜ਼ੀ ਨਾਲ ਕੋਰੋਨਾ ਦਾ ਸਪਰੈਡ ਹੈ, ਬਹੁਤ ਵੱਡਾ ਕ੍ਰਾਈਸਿਸ ਜਿਹੜਾ ਉੱਥੇ, ਇਹ ਹੈਲਥ ਕ੍ਰਾਈਸਿਸ ਵੀ ਔਰ ਇਕਨੋਮੀ ਦਾ ਕ੍ਰਾਈਸਿਸ ਵੀ ਭਾਰਤ ਦੇ ਵਿੱਚ ਹੋਣ ਜਾ ਰਿਹਾ। जी डॉक्टर साहब थोड़ा बहुत बहुत शुक्रिया। स्वतः लेना ब्रेक व्यूअर्स, तो सना इसी तरह ही बने रहना, मिलते हैं आफ्टर दिस शॉर्ट ब्रेक।